ਕਹਿੰਦੇ ਆਉਂਦੇ ਸਨ ਜੁੜ ਕੇ, ਤੂੰ ਤੇ ਮੈਂ ਜਿਨ੍ਹਾਂ ਨੂੰ ਇਕੱਠੇ ਲੱਗੇ ਜੀਏ ਜੀ, ਇੱਧਰੋਂ ਆਏ ਸੀ ਅਤੇ ਅੰਜ ਮਾਰਨ ਸੋਟਾ, ਅੰਜ ਮਾਰ ਉੱਥੋਂ ਗਏ ਪਾਠ ਪਾਟਿਆ ਮੁੜਨਾ, ਉਹ ਦੂਰ ਦੂਰ ਵਿੱਚ ਵਿੱਥ ਕਨਾਲ ਦੀ ਹੋ ਗਈ ਇਹ ਜਿਹੜੀ ਲੱਕ ਦੀ ਮਲਵਾਣੇ ਦੀ ਅੱਗੇ ਅੜੀ ਡਿੱਗ ਪਿਆ ਮੂੰਹ ਭਰਨੇ ਵੱਟ ਨਾਲ ਡਿੱਗ ਗਿਆ ਉੱਤੋਂ, ਫਿਰ ਉਹਨਾਂ ਮਰਜ਼ੀ ਉਹ ਮਲਵਾਣਾ ਥਾਂ ਮਾਰ ਛੱਡਿਆ ਸਾਨੂੰ ਉਹ ਮੁੰਡਾ ਜਿਹੜਾ ਕਬੱਡਰ ਸੀ, ਆਹ ਦੂਜਾ ਜਿਹੜਾ ਸ਼ੇਖ ਜੀ ਨੱਸ ਗਿਆ ਸਿੱਖਾਂ ਨੇ ਮਾਰਤਾ, ਸਿੱਖਾਂ ਨੇ ਮਾਰਿਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਟੱਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਉਹ ਇੱਥੇ ਆਇਆ, ਇੱਥੇ ਆਣ ਕੇ ਇਹਨੂੰ ਆਖਣ ਲੱਗਾ ਤੂੰ ਮੁਸਲਮਾਨਾਂ ਨੂੰ ਮਾਰ, ਪੁਰਾਣੇ ਜਲਾਹ ਹੀ ਸਾਨੂੰ ਦੱਸਦੇ ਨੇ ਸਾਰੇ ਜੈਲਦਾਰ ਨੂੰ, ਤੂੰ ਇਹਨਾਂ ਨੂੰ ਮਾਰਦਾ ਕਿਉਂ ਨਹੀਂ ਹੈਂ? ਉਹਨੇ ਕਿਹਾ ਤੂੰ ਗਾਂਹ ਨਿਕਲਦਾ ਹੋ, ਮੈਂ ਨਹੀਂ ਮਾਰਨੇ ਹੈਂ, ਆਪਦੇ ਤੁਰ ਗਿਆ ਗਾ। ਦੂਜੇ ਦਿਨ ਫਿਰ ਇਹ ਉੱਠੇ ਨੇ, ਫਿਰ ਢੋਲ ਵੱਜਾ ਤੇ ਫਿਰ ਇਹ ਉੱਠੇ, ਇਹ ਮਗਰੋਂ ਉੱਠੇ ਨੇ। ਇਹਨਾਂ ਕਲਰਾਂ ਦੇ ਵਿੱਚ ਤੰਬੂ ਲੱਗੇ ਸਨ ਜਿਵੇਂ ਆ ਹੁਣ ਲਾਉਂਦੇ ਨੇ ਅੱਜ ਕੱਲ੍ਹ, ਕਹਿੰਦਾ ਮੈਨੂੰ ਫੜਾ ਸੋਟਾ, ਕਹਿੰਦਾ ਨਹੀਂ ਤੂੰ ਮੈਂ ਹੀ ਮੈਨੂੰ ਫੜਾ, ਜਨਾਨੀ ਨੇ ਕਿਹਾ ਨਹੀਂ ਮੈਂ ਆਹ ਮਾਰਨੀ ਆ, ਉਹਨੇ ਕਿਹਾ ਨਹੀਂ, ਉਹਨੇ ਧੱਕਿਆ ਨਾ ਭਰਜਾਈ ਦੇ ਖੋਹਿਆ ਸੋਟਾ ਜਾਂਦਿਆਂ, ਫਿਰ ਜਿਹਨੇ ਉਹਨੂੰ ਖੂਨ ਮਾਰਿਆ ਸੀ ਨਾ ਜਾਤੂ ਉਹਦੇ ਨਾਂ ਸੀ, ਉਹਨੂੰ ਨੇ ਮਾਰਿਆ ਇੱਥੇ ਮੱਖੀ ਜੀ ਨੰਗੀ ਪਾੜ ਕੇ ਲੈ ਗਿਆ ਅੰਦਰਾਂ ਬਾਹਰ ਆ ਗਈ, ਅਸਲ ਦੀਆਂ ਆਂਦਰਾਂ ਬਾਹਰ ਆ ਗਈਆਂ। ਦੂਜਾ ਇੱਕ ਉਹ ਤੋਂ ਵੱਡਾ ਸੀ ਅਲੀ ਉਹਦੇ ਨਾਂ ਸੀ, ਉਹਨੂੰ ਉਹਨੇ ਮਾਰਿਆ ਨਲਾਂ 'ਚ ਵੱਜੀ ਹੈਂ, ਉਹ ਵੀ ਡਿੱਗ ਪਿਆ ਤੇ ਉਹ ਵੀ ਜਿਹੜਾ ਉਹਨਾਂ ਦਾ ਚੌਧਰੀ ਸੀ ਰਾਜਾ ਉਹਦੇ ਨਾਂ ਸੀ। ਕਿਹੜਾ ਪਿੰਡ ਹੈ ਜਿੱਥੇ ਤੁਸੀਂ ਬੈਠੇ ਹੋ ਇਸ ਟਾਈਮ? ਚੱਬਰ। ਚੱਬਰ, ਇਹਦੇ ਨਾਲ ਕਿਹੜੇ ਕਿਹੜੇ ਪਿੰਡ ਨੇ? ਇਹਦੇ ਨਾਲ ਨੇ ਈਸਰ ਕੇ, ਕੱਕੜ, ਹਾਂਜੀ ਕੜਿਆਲ, ਨਿੱਕੀ ਕੜਿਆਲ, ਵੱਡੀ ਕੜਿਆਲ, ਖਾਰਾ, ਹਾਂਜੀ ਜੰਡਾਲਾ, ਅੰਜ ਮਰਨ, ਜੰਡਾਲਾ ਵੀ ਨੇੜੇ ਹੀ ਇਥੋਂ, ਆ ਬਾਬੇ ਵਾਰਿਸ ਸ਼ਾਹ ਦਾ। ਹਾਂਜੀ। ਅੱਛਾ ਮੈਨੂੰ ਦੱਸੋ ਜਦੋਂ 47 ਵੇਲੇ ਤੁਹਾਡੀ ਕਿੰਨੀ ਉਮਰ ਸੀ? 12-13 ਸਾਲ, 14 ਹੋਵਾਂ ਦਾ, ਇੰਨਾ ਕੋਈ ਸੀ। ਮੈਨੂੰ ਦੱਸੋ ਇਸ ਪਿੰਡ ਦੇ ਵਿੱਚ ਕਿੰਨੀ ਕੁ ਆਬਾਦੀ ਸੀ ਉਦੋਂ? ਉਦੋਂ ਆਬਾਦੀ ਥੋੜ੍ਹੀ ਜਿਹੀ ਸੀ, ਪਰਾਂ ਸੜਕੋਂ ਪਾਰ ਆਬਾਦੀ ਸੀ। ਆਉਰਾਂ ਜਿਹੜੀਆਂ ਵੇਲੀਆਂ ਵੂਲੀਆਂ ਨੇ ਖੱਤਰੀਆਂ ਨੇ ਬਣਾਈਆਂ ਸਨ, ਐਵੇਂ ਕਿਤੇ ਮਾਲ ਵੱਧਾ ਆਏ, ਡੰਗਰ ਡੁੰਗਰ ਵਿੱਚ ਬਣ ਲੈਣੇ, ਨੌਕਰਾਂ ਨੇ ਪੱਟੇ ਲਿਆ ਕੇ ਪਾਉਣੇ ਅਤੇ ਗਦਾਮ ਗਦੂਮ ਬਣਾਏ ਸਨ। ਕਿਹੜੀ ਕਿਹੜੀ ਕੌਮਾਂ ਰਹਿੰਦੀਆਂ ਸੀ ਇਸ ਪਿੰਡ ਦੇ ਵਿੱਚ? ਇਹ ਇੱਥੇ ਬਹੁਤੇ ਹਿੰਦੂ ਹੀ ਸਨ, ਸਿੱਖ ਖੱਤਰੀ ਵੀ ਸਨ, ਖੱਤਰੀ ਮਾਲਕ ਸਿੱਖਾਂ ਨਾਲੋਂ ਜ਼ਿਆਦੇ ਸਨ ਇੱਥੋਂ ਦੇ। ਖੱਤਰੀ ਜਿਹੜੇ ਮਾਲਕ ਜ਼ਿਆਦੇ ਸਨ? ਹਾਂ। ਨਾਂ ਯਾਦ ਨੇ ਖੱਤਰੀ? ਨਾਂ ਯਾਦ, ਉਹ ਬੇਲੀ ਸ਼ਾਹ ਕਹਿੰਦੇ ਨੇ, ਬੜਾ ਮੋਟਾ ਸੀ, ਆਹ ਚਾਹ ਵਾਲੇ ਡੇਰੇ ਉਹਦੇ ਵੱਜਦੇ ਸਨ ਇਕੱਲੇ ਦੇ। ਕਿਹੜਾ ਡੇਰਾ ਸੀ ਉਹਦਾ? ਉਹ ਚਾਹ ਵਾਲਾ ਡੇਰਾ ਵੱਜਦਾ ਕੱਕੜਾਂ ਦੇ ਨਾਲ ਕਰਕੇ। ਅੱਛਾ ਅੱਛਾ। ਹਾਂ, ਅੰਨ ਪਾਲਾ ਡੇਰਾ। ਖੱਤਰੀ ਹਿੰਦੂ ਸੀ? ਹਾਂ, ਹਿੰਦੂ ਖੱਤਰੀ ਉਹਨਾਂ ਨੂੰ। ਜੈਲਦਾਰ ਨਪਾਲ ਸਿੰਘ ਸੀ, ਜੈਲਦਾਰ ਵੀ ਸੀ, ਜੈਲਦਾਰ ਸੀ ਪਿੰਡ। ਕੋਠੀ ਛੋਟੀ ਵੀ ਹੈ? ਹਾਂ, ਕੋਠੀ ਉਹਦੀ ਹੁਣ ਢਾਈ। ਉਹਨਾਂ ਕਿੰਨਾ ਕੋਲ ਸੀ ਹੁਣ? ਇਹ ਹੁਣ ਪਠਾਣਾ ਕੋਲ ਹੈ। ਅੱਛਾ, ਬਹੁਤ ਵੱਡੀ ਕੋਠੀ ਸੀ ਕਿ ਛੋਟੀ ਸੀ? ਵਾਹ ਵਾਹ, ਪੂਰੀ ਜੀ ਸੀ, ਇਹ ਕੋਠੀ ਦਾ ਮੁੰਡਾ ਹੀ ਵੇਖੀ। ਅੱਛਾ ਅੱਛਾ, ਜੈਲਦਾਰ ਸੀ ਉਹ? ਹਾਂ, ਜੈਲਦਾਰ। ਕੀ ਨਾਂ ਸੀ ਉਹਦਾ? ਨਪਾਲ ਸਿੰਘ। ਨਪਾਲ ਸਿੰਘ ਭਰਾ ਉਹਦਾ ਸੀ, ਉਹਦੇ ਨਾਲ ਕਰਤਾਰ ਸਿੰਘ ਸੀ, ਨਹੀਂ ਕਰਤਾਰ ਸਿੰਘ ਨਹੀਂ ਸੀ, ਹੋਰ ਸੀ ਜੇ ਕੋ ਪਰਵੇਜ ਵਾਲੇ ਮਕਾਨ ਨੇ ਉਹਦੇ। ਅੱਛਾ, ਉਹ ਵੀ ਪੁਰਾਣੇ ਮਕਾਨ ਸਨ? ਹਾਂ, ਉਹਨੂੰ ਟਾਹ ਲਏ ਨੇ।
ਬੜੀ ਕਾਫੀ ਜ਼ਮੀਨ ਹੈਗਾ, ਕੱਕੜਾਂ ਨੂੰ ਜਾਲ ਲੱਗਦੀ ਤੇ ਰੀ ਸਿਰਕਿਆਂ ਨੂੰ ਜਾਲ ਲੱਗਦਾ ਸੀ ਇਸ ਪਿੰਡ ਦੀ। ਇੰਨਾ ਨਹੀਂ ਜੇ ਪਤਾ ਵੀ ਕਿੰਨਾ ਕੁ ਮੁਰੱਬਾ ਹੈ, ਬਾਬਾ ਦੂਰ ਤੱਕ ਹੈ ਜਿਹੜੀ ਹੈ 360 ਮੁਰੱਬਾ ਹੈ, ਮੈਂ ਪਤਾ ਕੀਤਾ। ਅੱਛਾ 360 ਮੁਰੱਬਾ ਇੰਨਾ ਹੀ ਹੋਣਾ ਹੈ। ਉਦੋਂ ਮੁਸਲਮਾਨਾਂ ਦੇ ਵਿੱਚ ਕਿਹੜੇ ਕਿਹੜੇ ਬਰਾਦਰੀਆਂ ਰਹਿੰਦੀਆਂ ਸੀ ਇੱਥੇ? ਇੱਥੇ ਹਾਂਜੀ ਇੱਥੇ ਕੇ ਰਹਿੰਦਾ ਸੀ ਆਹ ਗਿੱਲਾਂ ਦਾ ਘਰ, ਮੁਸਲਮਾਨ ਗਿੱਲ ਨੇ ਇਹ ਠੱਟੇ 'ਚੋਂ ਨਿਕਲ ਕੇ ਇੱਥੇ ਆਏ ਨੇ ਅੱਗੇ। ਅਤੇ ਜਾਂ ਇੱਕ ਘਰ ਉਹ ਤੇਰੇ ਉਹ ਕੀ ਸਨ ਉਹ ਮਾਈ ਚੱਠੀ ਗਏ ਆ, ਤੇ ਇੱਥੇ ਸਨ ਉਹ ਤੇਲੀਆਂ ਦੇ ਵਿੱਚੋਂ ਬਾਬਾ ਦੁੱਲਾ ਮੇਹਰ ਹਾਂ, ਅਤੇ ਦੂਜਾ ਹਯਾਤ ਨਵਾਬ ਬਾਬਾ ਜਿਉਣਾ ਗਮੇ ਚਾਹਦਾ ਪਿਓ, ਐਂ ਉਹ ਮੈਂ ਵੇਖਿਆ ਹੈ। ਹੈਂ ਤੁਹਾਡਾ ਘਰ ਸੀ? ਹਾਂ ਅਸੀਂ ਡੇਰੇ 'ਤੇ ਸਾਂ ਉਦੋਂ। ਹੁਣ ਬਦਲ ਗਿਆ ਸਗੋਂ ਨਾ, ਹੁਣ ਤੇ ਖਾਵਾਂ ਨੂੰ ਟੁੱਟ ਗਿਆ ਡੇਰਾ ਪੈਲੀ ਵੱਗੀ। ਹੁਣ ਹੋਰ ਉੱਥੇ ਗੁਰਦੁਆਰੇ ਕਿੰਨੇ ਸੀ ਇਸ ਪਿੰਡ ਦੇ ਵਿੱਚ? ਗੁਰਦੁਆਰੇ ਮੇਰੇ ਖਿਆਲ ਇੱਥੇ 4 ਨੇ। ਮਸਜਿਦਾਂ ਕਿੰਨੀਆਂ ਸੀ ਉਨੀਆਂ? ਮਸਜਿਦਾਂ ਉਦੋਂ ਸਹੀ ਪੁੱਛੇ ਦੀ ਕੋਈ, ਚਲੋ 2 ਹੁੰਦੀ, 2 ਆ ਅਸੀਂ ਜਲਾਇਆਂ ਵਾਲੀ। ਅੱਛਾ ਕੱਚੀ ਸੀ ਮਸਜਿਦ ਕਿ ਪੱਕੀ ਸੀ ਉਦੋਂ? ਉਦੋਂ ਕੱਚੀ ਹੀ ਸੀ, ਕੱਚੀ ਮਸਜਿਦ। ਦਰਜੀਆਂ ਵਾਲੀ ਵੀ? ਆ ਦਰਜੀਆਂ ਵਾਲੀ ਵੀ ਬਾਅਦ ਜੀ ਬਣੀ ਹੈ। ਠੀਕ ਹੋ ਗਿਆ। ਆਹੋ ਦਰਜੀਆਂ ਨਿਸ਼ਾਨ ਉਦੋਂ ਆਈ ਸੀ ਕੱਚਾ ਜਿਹਾ, ਬੰਦੇ ਉੱਥੇ ਦਰਜੀ ਨਮਾਜ਼ ਨਮੂਜ਼ ਪੜ੍ਹਦੇ ਸਨ। ਜੱਦੀ ਨੇ ਰਹਿਣ ਵਾਲੇ, ਅਸੀਂ ਬਾਅਦ ਚ ਆਏ ਤੇ ਵੀ ਕਿਤੇ ਉਧਰੋਂ ਹੀ ਨੇ, ਪਰ ਗਹਿਰ ਇਹਨਾਂ ਨੂੰ ਪਤਾ ਇਹ ਪਿੰਡ ਦੇ ਵਿੱਚ ਸਨ, ਅਸੀਂ ਡੇਰੇ ਤੇ ਸਾਂ। ਮੇਰਾ ਖਬਰ ਨਹੀਂ ਸੀ 5ਵੀਂ 6ਵੀਂ ਤੱਕ। ਹਾਈ ਸਕੂਲ ਤਾਂ ਅਜੇ ਵੀ ਨਹੀਂ ਹੋ ਗਿਆ, ਹੋ ਗਿਆ ਵੀ ਇੱਕ ਬਣਿਆ ਹੈ ਨਾ। ਹਾਂ ਕੁੜੀਆਂ ਦਾ ਵੀ ਤੇ ਮੁੰਡਿਆਂ ਦਾ। ਹੁਣ ਇੱਥੇ ਕਿੰਨੇ ਕੁ ਘਰ ਨੇ ਆਬਾਦ ਇਸ ਪਿੰਡ ਦੇ ਵਿੱਚ ਮੁਸਲਮਾਨਾਂ ਦੇ? ਸਾਰੇ ਹੁਣ ਤਾਂ ਮੁਸਲਮਾਨ ਹੀ, ਲੇਕਿਨ ਕਿੰਨਾ ਕੁ ਪਿੰਡ ਹੋ ਗਿਆ ਹੁਣ? ਜੀ ਪਿੰਡ ਬਹੁਤ ਵਧਿਆ, ਹੁਣ ਮੈਂ ਤੁਹਾਨੂੰ ਕੀ ਦੱਸਾਂ, ਸ਼ਹਿਰ ਹੀ ਬਣ ਗਿਆ, ਸ਼ਹਿਰ ਹੀ ਬਣਿਆ। ਅਤੇ ਅੱਜ ਤੋਂ ਹੁਣ ਉੱਠ ਕੇ ਲਗੇ ਉਹਨਾਂ ਸਾਰੀ ਭੋਇਆਂ ਸੀ ਆਪ ਬਣਦੇ ਰਹੇ ਤੇ ਉਹ ਸਾਰੀ ਹੁਣ ਐਸ ਬਣੇ। ਅੱਛਾ ਜਦੋਂ 47 ਤੋਂ ਵਿਹਲੇ ਪਹਿਲੇ, ਹਾਂ ਠੰਡ ਹੋਣੀ ਤੇ ਕਬੱਡੀਆਂ ਕਬੱਡੀ ਖੇਡਣੀ ਮੁੰਡਿਆਂ ਦੀ, ਹੈਨੀ ਕਬੱਡੀ ਕੁਬੱਡੀ ਖੇਡਦਾ ਫਿਰਨਾ, ਘੁਲਦਿਆਂ ਫਿਰਨਾ, ਤੈਨੂੰ ਆਖਣਾ ਲਾਇਆ ਦੇਣਾ ਘੋਲ ਵਿੱਚ, ਜਿਹੜਾ ਤਗੜਾ ਹੋਣਾ ਉਹਨੇ ਆਖਣਾ ਇਹਦੇ ਨਾਲ ਘੋਲ ਗਾਰਡੀਨ ਹੋਣਾ, ਮੈਂ ਸਾਨੂੰ ਬਾਲਾਂ ਨੂੰ ਯਾਦ ਨੇ ਉਹਨਾਂ ਬਾਲਾਂ ਦੇ। ਆਹੋ ਕਈਆਂ ਕਈਆਂ ਦੇ ਯਾਰ ਨੇ, ਯਾਰ ਸਨ ਤੁਹਾਡੇ? ਆ ਯਾਰ ਉਹ ਜਿਹਦੀ ਜਿਹਦੀ ਪੋਇਮਾਂ ਦੇ ਉਹਦੇ ਮੁੰਡਾ ਜਿਹੜਾ ਮੇਰਾ ਆਣੀ ਸੀ ਉਹਦਾ ਰੂੜਾ ਸਿੰਘ ਸੀ, ਰੂੜ ਸਿੰਘ ਉਹਦੀ ਛੋਟਾ ਜਿਹੜਾ ਉਹਦਾ ਜੂਰ ਸਿੰਘ ਹੈਂ, ਅਤੇ ਵੱਡਾ ਜਿਹੜਾ ਸੀ ਨਾ ਚੰਗਾ ਗੱਭਰੂ ਸੀ ਉਦੋਂ ਤੁਹਾਡੇ ਵਾਂਗੂ ਸੀ ਉਹ ਨਾ ਜੌਨ ਸਿੰਘ ਸੀ। ਉਹਦੇ ਪਿਤਾ ਦਾ ਨਾਂ ਪਤਾ? ਆਹ ਕੀ ਨਾਂ ਸੀ? ਈਸਰਾ, ਈਸਰਾ। ਉਹਨਾਂ ਦੀ ਕਿੰਨੀ ਕੁ ਜ਼ਮੀਨ ਸੀ? ਜ਼ਮੀਨ ਉਹਦੀ ਸੀ ਕੋ ਮੁਰੱਬਾ ਕੋ, ਮੁਰੱਬਾ ਕੋ। ਆਹ ਤੁਸੀਂ ਮੁੰਦੇ ਸੀ? ਆਹ ਪਿੰਡੋ ਚੜਦੇ ਡੇਰਾ ਹੁਣ ਉੱਥੇ ਡੇਰਾ ਹੋਰ ਬੜਾ ਵਾਧੂ ਪਿਆ ਹੈ, ਮੁੰਡੇ ਨੂੰ ਪਤਾ ਪੱਕਾ ਡੇਰਾ ਬੜਾ ਡੰਗਰਾਂ ਖੂਬ ਖਤਮ ਹੋ ਗਿਆ।
ਇਸ ਪਿੰਡ ਦੇ ਵਿੱਚ ਹੋਰ ਵੀ ਖੂਹ ਹੈ ਸਨ? ਬੜੇ ਇੱਥੇ ਵੀ ਖੂਹ ਸੀ ਆ ਕਿਲੇ 'ਚ, ਇੱਥੇ ਮੈਂ ਵੇਖਿਆ ਸਿੱਖ ਵੱਡਿਆ ਕਿ ਬਈ ਸੱਟਿਆ ਸਨ ਖੂਹ 'ਚ, ਕਬਰਾਂ ਦੇ ਵਿੱਚ ਖੂਹ। ਉਹ ਕਿਸ ਤਰ੍ਹਾਂ ਸੀ ਸਿੱਖ ਵੱਡਿਆ? ਉਹ ਦੱਸਦਾ ਸੀ ਮੈਨੂੰ ਸੁਲਤਾਨ, ਉਹ ਆਉਂਦਾ ਸੀ ਉਹ ਬੁੱਢਾ ਜਿਹਾ ਕਿਤੇ ਇੱਥੇ ਰਹਿ ਪਿਆ, ਇਹਨਾਂ ਮਜ਼ਦੂਰੀ ਨੇ ਅਤੇ ਆ ਇਹਨਾਂ ਨੇ ਮਾਰ ਕੇ ਵਿੱਚ ਸੁੱਟ ਛੱਡਿਆ। ਆਹ ਮਲਕ ਹਜੂਰੀ ਵੀ ਉਦੋਂ ਵੱਡਾ ਨੰਬਰ ਬਣਿਆ ਹੋਇਆ ਬਨਵਾਸ, ਕਿਉਂ ਮਾਰ ਛੱਡਿਆ? ਉਹ ਤੁਰ ਗਿਆ ਯਾਰ ਤੇ ਮਗਰੋਂ ਹੋ ਰਹੇ ਆ, ਇਕੱਲਾ ਅੰਨਾ ਹੋਇਆ ਸੀ, ਅੰਨਾ ਸੀ ਵਿਚਾਰਾ ਵਡੇਰਾ ਜਿਹਾ ਮੇਰੇ, ਆਹੋ ਐਵੇਂ ਮਾਰ ਕੇ ਵਿੱਚ ਸੁੱਟ ਛੱਡਿਆ। ਫਿੱਟੇ ਬੰਦੇ ਜਿਨ੍ਹਾਂ ਦਾ ਡਰ ਸੀ ਉਹ ਤੁਰ ਗਏ? ਆਹੋ ਤੁਰ ਗਏ, ਆਉਂਦੇ ਰਹੇ ਨੇ ਮਾਲ ਚਾਰ ਦਿਆ ਨਾਲ ਆ ਜੌੜੀਆਂ ਪੁੜੀਆਂ ਨੇ ਇੱਥੇ ਐਸ ਬੰਨੇ ਕਰਕੇ, ਮਕਈ ਇਸ ਤਰ੍ਹਾਂ ਜਵਾਰ ਬੜੀ ਅੱਜ ਕੱਲ੍ਹ ਦੇ ਦਿਨ ਸਨ ਉਦੋਂ ਸਾਉਣ ਭਾਦਰ, ਅਸੀਂ ਆਖਣ ਲੱਗੇ ਰਲ ਕੇ ਅਤੇ ਮੁੰਡਾ ਇੱਕ ਨਾਲ ਸਾਡੇ ਸਿਆਣਾ ਸੀ, ਉਹ ਆਉਂਦਾ ਚਲੋ ਉੱਥੇ ਜਵਾਰ ਚਾਰ ਕੇ ਲਿਆਈਏ ਡੰਗਰਾਂ ਨੂੰ, ਉੱਥੇ ਲੈ ਗਏ, ਉੱਥੇ ਜਾ ਕੇ ਛੱਡ ਦਿੱਤੀਆਂ। ਸਿੱਖ ਆਏ ਪੰਜ ਚਾਰ ਘੋੜੀਆਂ ਫਿਰ ਇਹ ਉਹਨਾਂ ਦਾ ਇੱਥੇ ਲਾਇਆ ਸੀ ਨਾ ਚੂੜਕਾਣੇ ਕੰਪ, ਹੈਂ ਕੰਪ ਅਤੇ ਲੰਬੇ ਆਉਂਦੇ ਸਨ ਚੱਕਰ ਮਾਰਦੇ ਸਨ ਆਪਣੇ ਪੈਲੀਆਂ ਪੁਲੀਆਂ ਦੇ, ਆ ਪੈਲੀਆਂ ਤਾਂ ਨਹੀਂ ਉੱਦਾਂ ਹੀ ਸਾਡਾ ਇਹ ਸੁੱਕਣ ਵਾਲੇ ਦੇ ਸਨ, ਉਹ ਆਏ ਜਿਸਲੇ ਅਤੇ ਅੱਗੇ ਜਾਂਦਿਆਂ ਨੂੰ ਨਾ ਆਉਂਦਿਆਂ ਨੂੰ ਬੁੱਢੀ ਕੜਿਆਲ ਦੇ ਸੀ ਇੱਕ ਸ਼ੇਖ ਇੱਕ ਮਲਵਾਣਾ, ਉਹ ਦੋਵੇਂ ਮੁੰਡੇ ਤੇਰੇ ਵਾਂਗੂ ਸਨ, ਮੈਂ ਦੇਖੀ ਵੇਖਿਆ ਇੰਨਾ ਉਹ ਆਉਂਦਿਆਂ ਨੂੰ ਆ ਕੇ ਵੀ ਇੱਥੇ ਲੁੱਟ ਮਾਰ ਕਰੀਏ, ਉਹਨਾਂ ਦਾਣਿਆਂ ਦੀ ਬੋਰੀ ਬੋਰੀ ਅੱਧੀ ਅੱਧੀ ਬੋਰੀ ਚੁੱਕੀ ਅਤੇ ਚੁੱਕ ਕੇ ਤੇ ਉਹਰਾਂ ਨੂੰ ਨਿਕਲੇ, ਮਗਰੋਂ ਉਹ ਚੜ ਆਏ ਘੋੜੀਆਂ 'ਤੇ, ਹੈਂ ਜਿਉਂ ਫਿਰ ਉਹਨਾਂ ਬੋਰੀਆਂ 'ਤੇ ਉਹਨੂੰ ਸੱਟ ਦਿੱਤੀਆਂ, ਉਹ ਫਿਰ ਡਾਂਗਾਂ ਸਾਨੂੰ ਦੇ ਕੋਲ ਘੋੜੀ ਜਿਹੜੀ ਨੇੜੇ ਆਵੇ ਉਹਨੂੰ ਮਾਰ ਡਾਂਗ ਦੋ ਦੋ ਕਿੱਲੇ ਨੱਸ ਜਾਏ, ਕਰਦਿਆ ਕੀ ਉਹ ਜੌੜੀਆਂ ਪੁੜੀਆਂ ਨੰਗੀਆਂ ਨੇ, ਜੌੜੀਆਂ ਤੂੰ ਤਾਂ ਜਾਣਨਾ ਹੀ ਆ ਇੱਥੋਂ ਪਾਰ ਨੰਗੇ ਇੰਨਾ ਜਿਸਲੇ, ਅਤੇ ਜਿਹੜਾ ਸੀ ਨਾ ਮਲਵਾਣਾ ਉਹ ਮੁੰਡਾ ਬੜੀ ਕਬੱਡੀ ਖੇਡਦਾ ਰਿਹਾ ਮੈਂ ਹੌਲਾ ਜਿਹਾ ਬਹਿੰਦਾ ਚੰਗਾ, ਉਸ ਟਾਈਮ ਸਿੱਖਾਂ ਦਾ ਮੁੰਡਾ ਸੀ ਮੁਸਲਮਾਨਾਂ ਦਾ, ਹਾਂ ਆਮਾ ਮੌਲਵੀ ਉਹਨਾਂ ਉਹਨਾਂ ਨੂੰ ਮਲ ਉਹਦਾ ਭਰਾ ਮਲਵਾਣੇ ਸੱਦਦੇ ਸਨ ਆ ਮੌਲਵੀਆਂ, ਬੜਾ ਜਾਣ ਜਾਣ ਵਾਲਾ ਸੀ ਉਹ, ਜਿਸਲੇ ਹੈਗਾ ਲੰਘਿਆ ਅਤੇ ਅੱਗੇ ਤਾਂ ਆਉਂਦੇ ਸਨ ਜੁੜ ਕੇ, ਤੂੰ ਤੇ ਮੈਂ ਜਿਹਨਾਂ ਨੂੰ ਇਕੱਠੇ ਲੱਗੇ ਜੀਏ ਇੱਧਰੋਂ ਆਏ ਅਤੇ ਅੰਜ ਮਾਰਨ ਸੋਟਾ ਅੰਜ ਮਾਰ ਉੱਥੋਂ ਗਏ ਪਾਠ ਪਾਟਿਆ ਮੁੜਨਾ, ਉਹ ਦੂਰ ਦੂਰ ਵਿੱਚ ਵਿੱਥ ਕਨਾਲ ਦੀ ਹੋ ਗਈ ਇਹ ਜਿਹਦੀ ਲੱਕ ਦੀ ਮਲਵਾਣੇ ਦੀ ਅੱਗੇ ਅੜੀ ਡਿੱਗ ਪਿਆ ਮੂੰਹ ਭਰਨੇ ਵੱਟ ਨਾਲ ਡਿੱਗਿਆ, ਉੱਤੋਂ ਫਿਰ ਉਹਨਾਂ ਮਰਜ਼ੀ ਉਹ ਮਲਵਾਣਾ ਥਾਂ ਮਾਰ ਛੱਡਿਆ ਸਨ, ਉਹ ਮੁੰਡਾ ਜਿਹੜਾ ਕਬੱਡਰ ਸੀ ਆਹ ਦੂਜਾ ਜਿਹੜਾ ਸ਼ੇਖ ਜੀ ਨੱਸ ਗਿਆ ਸਿੱਖਾਂ ਨੇ ਮਾਰਤਾ, ਸਿੱਖਾਂ ਨੇ ਮਾਰਿਆ ਪੰਜ ਛੇ ਘੋੜੀਆਂ ਵਾਲੇ ਸਵਾਰ ਸਨ, ਜਦੋਂ ਵੰਡ ਹੋ ਗਈ ਉਹ ਤੋਂ ਬਾਅਦ ਆਏ ਨੇ, ਉਹਦੇ ਤੋਂ ਬਾਅਦ ਲੱਗਾ ਰਿਹਾ ਕੈਂਪ ਕੇ ਕੰਪ ਇੱਥੇ ਲੱਗਾ ਸੀ ਵੰਡ, ਜੋ ਉਧਰੋਂ ਵੀ ਦੁਨੀਆ ਆਉਂਦੀ ਸੀ ਇੱਧਰੋਂ ਵੀ ਜਾਂਦੀ ਸੀ, ਹਾਂ ਉਹ ਰੌਲੇ ਦੇ ਵਿੱਚ ਦੀ ਗੱਲ ਏ, ਉਧਰੋਂ ਵੀ ਦੁਨੀਆ ਆ ਰਹੀ ਏ ਇੱਧਰੋਂ ਵੀ ਜਾ ਰਹੀ ਏ, ਇਹ ਕੰਪਾਂ ਲੱਗੇ ਸਨ ਮਤਲਬ ਜਦੋਂ 47 ਦੀ ਵੰਡ ਹੋਈ ਏ, ਆਹੋ ਕਿਵੇਂ ਪਤਾ ਲੱਗਾ ਕਿ ਬਈ ਇੱਥੋਂ ਉੱਥੋਂ ਇਹ ਪਤਾ ਲੱਗਾ ਵੀ ਸੁਣਦੇ ਰਹੇ ਆ ਵਡੇਰਿਆਂ ਬੰਦਿਆਂ ਤੋਂ ਲੈ ਬਈ ਜਿਹੜਾ ਅੰਮ੍ਰਿਤਸਰ ਇਹ ਮੁਸਲਮਾਨਾਂ 'ਚ ਆ ਗਿਆ ਪਾਕਿਸਤਾਨ 'ਚ, ਹੈਂ ਅਤੇ ਉਦੋਂ ਭਰਾ ਭਰਾ ਜੀ ਆਈਏ ਅਤੇ ਜੇ ਵੇ ਬਹੁ ਫਿਰ ਜੀ ਇਹ ਜਿਹੜੇ ਮੁਸਲਮਾਨ ਕੰਮ ਪਹਿਲੋਂ ਹੱਲਿਆ ਇੱਥੋਂ ਹੀ ਏ ਅੰਮ੍ਰਿਤਸਰੋਂ, ਇੱਥੇ ਮੁਸਲਮਾਨ ਬੜੇ ਤੇਜ਼ ਸਨ, ਇਹਨਾਂ ਦੇ ਕੋਲ ਕੋਈ ਪੈਟਰੋਲ ਸੀ ਜਾਂ ਕੀ ਸੀ ਇਹ ਤੁਰੇ ਜਾਂਦੇ ਅੱਜ ਮੁੰਡੇ ਤੇਰੇ ਲੱਗਿਆ ਛਾਣਾ ਮਾਰਨਾ ਅਤੇ ਅੱਗ ਲਾ ਦੇਣੀ ਲੋਕਾਂ ਦੇ ਮਕਾਨਾਂ ਨੂੰ ਹਿੰਦੂਆਂ ਦਿਆਂ ਨੂੰ, ਇੱਥੋਂ ਜੀ ਅੱਗ ਲੱਗੀ ਹੈ ਸਿੱਖ ਹੀ ਦੱਸਦੇ ਸਨ ਅਸੀਂ ਵੀ ਸੁਣਦੇ ਸਾਂ, ਹਾਂ ਜਦੋਂ ਬੰਦੇ ਇਸ ਤਰ੍ਹਾਂ ਬਹਿ ਜਾਂਦੇ ਉਦੋਂ ਸਿੱਖ ਕਹਿੰਦੇ ਸੀ ਮੁਸਲਮਾਨਾਂ ਨੇ ਮਾਰੇ, ਮੁਸਲਮਾਨ ਕਹਿੰਦੇ ਸੀ ਸਿੱਖਾਂ ਨੇ ਮਾਰੇ, ਲੇਕਿਨ ਲੋਕਾਂ ਨੇ ਤਸਦੀਕ ਕੀਤੀ ਜਿਹੜੇ ਵਿਚਕਾਰਲੀਆਂ ਸੀ ਨਾ ਕੌਮਾਂ ਹਾਂ ਛੋਟੇ ਦਰਜੇ ਦੀਆਂ ਜਿਹੜੇ ਚੋਰ ਡਾਕੂ ਉਹ ਲੁਟੇਰਿਆਂ ਨੇ ਕੰਮ, ਲੁਟੇਰੇ ਹੀ ਕਰਦੇ ਹੁੰਦੇ ਨੇ ਕੰਮ, ਲੁਟੇਰਿਆਂ ਨੇ ਕੀਤਾ ਸਾਊ ਕਦੋਂ ਕਰਦੇ ਨੇ, ਸਾਊ ਬੰਦੇ ਕੋਈ ਨਹੀਂ ਕੰਮ ਕਰਦੇ ਇਹ ਲੁਟੇਰਿਆਂ ਦਾ ਕੰਮ ਹੀ ਹੈ, ਇੱਥੋਂ ਫਿਰ ਇਹ ਸੁਣਦੇ ਰਹੇ ਉਸ ਤੋਂ ਬਾਅਦ ਜੀ ਅੰਜ ਫਿਰ ਜੀ ਉਰਾਂ ਹੋ ਗਿਆ ਕੰਮ ਜੀ ਅੰਮ੍ਰਿਤਸਰ ਵੜ ਗਏ ਲੰਘ ਗਏ ਨੇ ਉਰਾਂ ਆ ਗਏ ਨੇ ਜੇ ਵੇ ਬਹੁ ਵੇ ਗੱਲਾਂ ਬਾਤਾਂ ਸੁਣਦੇ ਰਹੇ ਹਾਂ, ਇੱਥੇ ਫਿਰ ਕੋਈ ਐਲਾਨ ਲੂਣ ਹੋਏ ਕਿ ਕਿਵੇਂ ਪਤਾ ਲੱਗਾ ਇੱਥੇ ਹੁਣ ਕੀ ਟਾਈਮ ਹੋਣਾ, ਮੈਂ ਤਾਂ ਨਮਾਜ਼ ਵੀ ਅਜੇ ਪੜ੍ਹੀ ਹੈ, ਆਹੋ ਇਹ ਵੇ 3 ਦਾ ਟਾਈਮ ਸੀ ਇੰਨਾ ਮੈਨੂੰ ਪਤਾ ਸੀ, ਡੰਗਰ ਵਿਚਾਰਨ ਸਿੱਖ ਦਾ ਮੁੰਡਾ ਮੇਰੇ ਨਾਲ ਡੰਗਰ ਰੂੜੀ ਚਾਰਦਾ ਪਿਆ, ਹੈਂ ਇੱਥੇ ਪਿੰਡ ਦੇ ਵਿੱਚ ਵੱਜਿਆ ਢੋਲ, ਇੱਥੇ ਸਿੱਖ ਜਿਹੜੇ ਸਾਰੇ ਬੈਠੇ ਸਨ ਠੀਕ ਠਾਕ ਹੋ ਸਕਦੇ
ਕੋਈ ਨਹੀਂ ਘਰੋਂ ਨਿਕਲਿਆ। ਢੋਲ ਵਜਾ ਜੈਲਦਾਰ ਨੇ, ਇਹ ਗੱਲ ਆ ਕੀ ਜੈਲਦਾਰ ਨੂੰ ਠਾਣੇਦਾਰ ਨੇ ਮੁਸਲਮਾਨ ਨੇ ਸਲਾਹ ਕੱਢਿਆ ਵੀ ਇੱਥੇ ਤੁਰ ਜਾ, ਜੇ ਨਾ ਗਨ ਭੜ ਕੇ ਆਇਆ ਇਸਲੇ ਆਣ ਕੇ ਤਬਾਹ ਕਰ ਦਿਆ। ਇਹ ਠਾਣੇਦਾਰ ਨੇ ਕਿਹਾ ਇਹਨੂੰ, ਉਹ ਮਿਲਟਰੀ ਕੋਈ ਨਹੀਂ ਸੀ ਮੁਸਲਮਾਨਾਂ ਦੀ ਕੋਈ ਨਹੀਂ। ਅੱਛਾ ਇਹਨੇ ਜੈਲਦਾਰ ਦਾਣਾਦਾਰ ਬੰਦਾ ਸੀ ਤੇ ਜਿਹੜੇ ਜਿਸ ਖੱਤਰੀ ਇਹ ਕੁੜੀ ਆ ਗੇਤਰੇ ਆਪਣਾ ਸਮਾਨ ਲੈ ਗਏ ਸਨ ਕਾਰਾਂ ਤੇ, ਇਹਨਾਂ ਨੂੰ ਪਤਾ ਸੀ ਇਹ ਦਿੱਲੀ ਲੈ ਗਏ ਸਨ, ਹਾਂ ਖੱਤਰੀ ਵੀ ਇੱਥੇ ਹੀ ਹੈ ਪਰ ਉਹ ਮਾਰ ਆਪਣਾ ਗੱਫੇ ਜਿਹੜਾ ਸੀ ਨਾ ਉਹਨੇ ਢੋ ਲਿਆ ਸੀ। ਆਹੋ ਤੇ ਇਹ ਫਿਰ ਜਿਸਲੇ ਗੱਲ ਹੋਈ ਨਾ ਤੇ ਇੱਥੇ ਢੋਲ ਵੱਜਾ, ਢੋਲ ਵੱਜਾ ਤੇ ਇੱਧਰ ਕੁਝਰਾਂ ਵਾਲਿਆਂ ਨੂੰ ਨਾ ਸਿੱਖ ਦੇ ਨਾਂ ਸੀ ਹਿੰਦੂ ਘੁਮਿਆਰ ਸੀ, ਉਹ ਹਿੰਦੂ ਘੁਮਿਆਰ ਹਾੜੀ ਉਹਦੇ ਨਾਂ ਸੀ। ਇੱਥੇ ਤੁਹਾਡੇ ਡੇਰੇ ਤੁਹਾਡਿਆਂ ਬੰਦਿਆਂ ਨੂੰ ਬੜਾ ਉਹ ਜਾਣਦਾ ਸੀ ਇੱਥੇ ਡੇਰੇ 'ਤੇ, ਅਤੇ ਉਹ ਹਾੜੀ ਜਿਹੜਾ ਨਾ ਉਹ ਉੱਥੇ ਸਾਡੇ ਕੋਲ ਗਿਆ ਵਾ ਸੀ ਉਸ ਵੇਲੇ ਸਾਡੇ ਨਾਲ, ਭਾਵੇਂ ਥੋੜ੍ਹੀ ਜਿਹੀ ਉਹ ਵੀ ਬੰਦਾ ਸੀ। ਉਹ ਗੱਲ ਉਹਦਾ ਜਵਾਈ ਸੀ ਇੱਕ ਇੱਧਰ ਕੁਝਰਾਂ ਵਾਲਿਆਂ ਦਾ, ਉਹ ਉੱਧਰੋਂ ਮਾਰ ਉਹਨਾਂ ਪਈ ਤੇ ਉਹ ਵਿਚਾਰੇ ਉੱਠ ਕੇ ਇੱਥੇ ਆ ਗਏ ਸਾਕਾਂ ਕੋਲ ਆਏ ਇਸ ਪਿੰਡ ਝੱਬਰਾਂ ਇੱਥੇ ਆਏ ਜਿਸ ਵੇਲੇ ਅਤੇ ਜਨਾਬ ਉਹਨਾਂ ਉਹ ਫਿਰ 3 ਵਜੇ ਢੋਲ ਵੱਜਾ, ਉਹਦੇ ਸਨ ਖੋਤੇ 5-4 ਉੱਥੇ ਵੱਜੇ ਡੇਰੇ ਦੇ ਉੱਤੇ, ਹੈਂ ਡੇਰੇ ਦੇ ਉੱਤੇ ਖੋਤੇ ਵੱਜੇ ਤੇ ਦਿਨ 3 ਵਜੇ ਢੋਲ ਵੱਜਾ, 3 ਵਜੇ ਤੋਂ ਬਾਅਦ ਫਿਰ ਉਹ ਮੈਨੂੰ ਰੂੜੀ ਜਾਂਦਾ, ਮੈਂ ਤਾਂ ਮਾਲ ਆਪਣਾ ਲੈ ਚੱਲਿਆ, ਢੋਲ ਪਿਆ ਵੱਜਦਾ ਫਿਰ ਕੀ ਬਣੂ ਹੈ, ਮੈਂ ਕਿਹਾ ਲੈ ਜਾ ਮੈਂ ਤਾਂ ਵਿਚਾਰਨੀਆਂ ਨੇ, ਹੈਂ ਉਹ ਲੈ ਆ ਉਹ ਬੰਨ ਕੇ ਇਹਨਾਂ 'ਤੇ ਆਪ ਫਿਰ ਪਿੰਡ ਨੂੰ ਆ ਗਿਆ ਅਤੇ ਮੈਂ ਉੱਥੇ ਚਾਰਨਾ ਪਿਆ ਕਿ ਨਲੂ ਨਲੂ ਪੱਠੇ ਵਾਹਵਾ ਬਾਰਿਸ਼ਪੁਰ ਪੱਠੇ ਬੜੇ ਸਾਂ। ਅੱਛਾ ਤੁਸੀਂ ਉੱਥੇ ਚਾਰਨ ਦੇ ਵਾਪਸ? ਆਹੋ ਉਹ ਤੁਰ ਗਿਆ, ਮੈਂ ਉਹ ਉੱਥੋਂ ਨਾ ਇੱਕ ਖੋਤੇ ਨੂੰ ਫੜਿਆ ਉਹਨੂੰ ਝਾੜੀ ਖੱਬੀ, ਡੰਗਰਾਂ 'ਚ ਡੰਗਰ ਚੁੱਕਦੇ ਪਏ ਨੇ ਚਾਰ ਚਾਰੇ ਭਜਾ ਭਜਾਈ ਪਿਆ ਜਿਵੇਂ ਮਰੀਜ਼ ਦਾ ਕੰਮ ਹੁੰਦਾ, ਹੈਂ ਖੋਤੇ 'ਚ ਚੜਿਆ ਉਹਦੇ ਥੋੜ੍ਹਾ ਜਿਹਾ ਦਿਨ ਹੈ ਅਤੇ ਉਹ ਵੀ ਆ ਗਏ ਨੇ, ਤੀਸਰਾ ਵੀ ਆਇਆ ਉਹਦਾ ਮੁੰਡਾ ਵੀ ਆਇਆ ਦੂਜਾ ਉਹ ਰੂ ਘੁਮਿਆਰ ਵੀ ਆਇਆ। ਅਖੇ ਮੈਨੂੰ ਆਹ ਆਵਾਜ਼ਾਂ ਮਾਰਦਾ ਖੋਤਾ ਉਹਦਾ ਦੇ, ਮੈਂ ਕਿਹਾ ਭੜਿਆ ਉਂਡੇ 'ਤੇ ਲੈ ਲੈਂਦਾ ਨਹੀਂ ਅਸੀਂ ਚੱਲੇ ਹਾਂ, ਹੈਂ ਉਹ ਖੋਤਾ ਉਹਨਾਂ ਮੇਰੇ ਕੋਲ ਨਹੀਂ ਲਿਆ। ਤੀਸਰੇ ਨੇ ਸੰਡੇ ਦੋਵੇਂ ਆਪਣੇ ਲਏ ਨੇ, ਅਖੇ ਮੈਂ ਇਹ ਕੱਲ ਹੀ ਖੜਨਾ ਇਹਨਾਂ ਦੇ ਭਾਜੜ ਲੱਦ ਕੇ ਖੜਨੀ ਸੰਡਿਆਂ 'ਤੇ, ਹੈਂ ਤੁਰਨ ਲੱਗ ਪਏ ਪਿੰਡੋਂ ਨਿਕਲਣ ਲੱਗ ਪਏ? ਹਾਂ ਇੱਥੋਂ ਨਿਕਲਣ ਕੰਮ ਸ਼ੁਰੂ ਹੋ ਜਾਇਦਾ, ਹਾਂ ਜੈਲਦਾਰ ਸਭ ਤੋਂ ਮੂਹਰੇ ਨਿਕਲਿਆ, ਉਹਨੇ ਕਿਹਾ ਮੈਂ ਚੱਲਿਆ ਜਾਉਣਾ ਤੇ ਆ ਗਿਆ ਜੈਲਦਾਰ ਨਿਕਲਿਆ ਐਲਾਨ ਢੋਲ ਮਰਵਾਇਆ ਅਤੇ ਦੂਰ ਦੂਰ ਤੋਂ ਢੋਲ ਸੀ ਹੈਂ ਸਮਾਨ ਲੈ ਹੀ ਗਏ, ਬਾਅਦ 'ਚ ਵੀ ਢੋਂਦੇ ਤਾਂਦੇ ਰਹੇ ਇੱਥੇ ਮੁਸਲਮਾਨ ਵੀ ਕਈ ਸਮਾਨ ਵੱਲ ਪਾਉਂਦੇ ਰਹੇ ਨੇ। ਆੜਾ ਭਲਵਾਨ ਸੀ ਇਹਨਾਂ ਕੋਲ ਗੱਡਾ ਸੀ ਰਾਈਆਂ ਕੋਲ ਗੱਡੇ ਸਨ, ਇਹ ਮਗਰੋਂ ਦਾਣੇ ਦੂਣੇ ਹਰ ਸ਼ੈਡ ਪਾਉਂਦੇ ਰਹੇ ਨੇ। ਉਹਨਾਂ ਮੋਢਿਆਂ ਦੇ ਉੱਤੇ ਬਿੱਲੇ ਲਵਾਏ ਸਨ, ਬਿੱਲਿਆਂ ਦਾ ਪਤਾ ਸਹੀ ਬਣੇ ਸਨ ਜਿਹੜੇ ਨਾ ਮੁਸਲਮਾਨਾਂ ਨੇ, ਇਹ ਜਿਹੜੇ ਲੈ ਕੇ ਗੱਡੇ ਜਾਂਦੇ ਸਨ ਨਾ ਇਹਨਾਂ ਨੇ ਇੱਥੇ ਮੋਢਿਆਂ ਦੇ ਉੱਤੇ ਨਾ ਲਾਲ ਟਾਕੀ ਅੰਜ ਤੇ ਅੰਜ ਬਿੱਲਾ ਲਵਾਇਆ ਜਿਵੇਂ ਇਹਨਾਂ ਦੀ ਆਹੋ ਬਈ ਅਸੀਂ ਸਾਈ ਹਾਂ, ਹੈ ਅੱਗੋਂ ਮੁਸਲਮਾਨ ਨਾ ਆਖਣ ਵੀ ਉਹਨਾਂ ਦੀ ਇਮਦਾਦ ਕਰਦੇ ਨੇ, ਉਦੋਂ ਇਹ ਬੈਠੇ ਸਨ ਉੱਥੇ, ਇਹ ਮਗਰੋਂ ਲੈ ਲੂ ਕੇ ਦਾਣੇ ਦੂਣੇ 'ਤੇ ਜਾਂਦੇ ਸਨ। ਇਹ ਗੱਲਾਂ ਅਸੀਂ ਸੁਣਦੇ ਰਹੇ ਹਾਂ। ਇੱਥੇ ਹਮਲਾ ਹੋਇਆ ਕੋਈ? ਨਹੀਂ ਹਮਲਾ ਇੱਥੇ ਕੋਈ ਨਹੀਂ ਹੋਇਆ। ਹਮਲਾ ਕਿੱਥੇ ਕਿੱਥੇ ਹੋਇਆ ਤੁਹਾਡੇ ਨਾਲ ਪਿੰਡਾਂ 'ਚ ਹੋਇਆ? ਹਮਲਾ ਹੋਇਆ ਹੈ ਦੋ ਵੇਖੇ ਇੱਥੇ ਸੁਣਿਆ, ਉਹ ਕੀ ਮਾਂ ਆ ਜਿਹੜੇ ਅੱਗੇ ਆਉਂਦਾ ਮੈਨੂੰ ਨਾਂ ਉਹਦਾ ਭੁੱਲ ਗਈ, ਸ਼ੇਰੇਕੋਟ ਉੱਥੇ ਸੁਣਿਆ ਵੀ ਉਹਨਾਂ ਸ਼ਾਹ ਠਾਣੇਦਾਰ ਆਇਆ ਹਿੰਦੁਸਤਾਨ ਨੂੰ, ਉਹਦਾ ਕੁਣਬਾ ਪਿੱਛੇ ਉਹਨਾਂ ਮਾਰ ਛੱਡਿਆ ਸੀ ਸ਼ਾਹ ਸਹੀ, ਉਹ ਫਿਰ ਇੱਥੇ ਲੱਗਾ ਨਾ ਆਣ ਕੇ, ਉਹਨੇ ਫਿਰ ਇਹਨੂੰ ਘੱਲਿਆ ਸੁਣਾ ਵੀ ਇੱਥੇ ਤੁਰ ਜਾ, ਇਹਦੇ ਕੋਲ ਸੀ ਉਹ ਕਰੈਲ ਮੰਜ ਜਿਹੜੀ ਆਈ ਲਾਰੀ ਦੇ ਉੱਤੇ ਲਾਈ ਮਸ਼ੀਨ ਗਨ, ਹੈਂ ਉਹ ਉਹਦੇ ਕੋਲ ਸੀ, ਸਾਰੇ ਸਿੱਖ ਉੱਥੇ ਬੈਠੇ ਆ ਕਿੱਥੇ ਸ਼ੇਰੇਕੋਟ ਉਹ ਜਿਹੜੀ ਕੋਠੀ ਆਉਂਦਾ ਮੈਂ ਵੇਖੀ ਉੱਥੇ ਬੈਠੇ ਇਹ ਮੁੰਡਾ ਸ਼ਾਹ ਠਾਣੇਦਾਰ ਨੇ ਸੁਨੇਹਾ ਕੱਢਿਆ ਅਤੇ ਉਹਨੇ ਕਿਹਾ ਮੈਂ ਜਿੱਥੇ ਵੀ ਜਾਣਾ ਮੈਂ ਖਾਲਿਸਤਾਨ ਬਣਾਈ ਜਾਣਾ। ਕਿਹਨੇ ਕਿਹਾ? ਸ਼ੇਰੇਕੋਟੀਏ ਨੇ। ਅੱਛਾ ਮੰਗਲ ਸਿੰਘ ਨੇ? ਨਹੀਂ ਸ਼ੇਰਾ ਸੀ ਉਹਦੇ ਨਾਂ, ਮੰਗਲ ਸਿੰਘ ਸੀ ਉਹਦਾ ਨਾਂ। ਅੱਛਾ ਨਾਮ ਕਾਗਜ਼ਾਂ ਦੇ ਮੰਗਲ ਸਿੰਘ ਹੋ ਜਾਣਾ, ਸ਼ੇਰੇਕੋਟੀਏ ਵੱਜਦਾ ਰਿਹਾ, ਸ਼ੇਰੇਕੋਟੀਏ ਵੱਜਦਾ। ਆਹ
ਉਹਨਾਂ ਜਨਾਬ ਉੱਥੋਂ ਇਹਨੂੰ ਸ਼ਾਹ ਠਹਿੰਦਾ ਨੂੰ ਰਿਕਾਰਡ ਬੜੀ ਸੀ ਇਹਨੇ ਜੂਆਂ ਵਾਲੀ ਹੈ ਕਿ ਨਾ ਜੂਆਂ ਵਾਲੀ ਤੋਂ ਅਗਾਂਹ ਜਾ ਕੇ ਥੋੜ੍ਹਾ ਜਿਹਾ ਤੇ ਇਹਨੇ ਫੈਲ ਮਾਰਿਆ ਉਹਦੀ ਟਾਇਰ ਦੇ ਵਿੱਚ ਉਹ ਮਸ਼ੀਨ ਤੋਂ ਉੱਤੇ ਰਹਿ ਗਈ ਨਾ ਇਹ ਮੁੜ ਸ਼ੇਰੇ ਕੋਟੀਆ ਨੰਗੀ ਪੈਰੀ ਇੱਥੇ ਆਇਆ ਝੱਬਰੀ ਉਹ ਕਲਾ ਮਰੋੜੀਓ ਨਾ ਜੋ ਸਿੱਖ ਵੱਧਦਾ ਸੀ ਨਾਲ ਨਾਲ ਮਸ਼ੀਨ ਦੇ ਬੈਠੇ ਦਾ ਲਾਗੇ ਲਾਗੇ ਸਭ ਉੱਥੇ ਧਾਣਾ ਵਾਂਗੂ ਪੁੱਜੇ ਨੇ ਮਾਰਤੇ ਆਪੇ ਹੀ ਉਹਨੇ ਕਿੰਨੇ ਸ਼ੇਰੇ ਕੋਟੀਆ ਮੰਗਲ ਸਿੰਘ ਨੇ ਉਹਨੇ ਮਾਰ ਛੇ ਵੀ ਉਹਨੇ ਆਪਣੇ ਮਨ ਰੱਖ ਦੇ ਇੱਥੇ ਨੇੜੇ ਮੁਸਲਮਾਨ ਨਾ ਨੇੜੇ ਕੋਈ ਆਵੇ ਤੇ ਮਰ ਗਏ ਉਹਦੇ ਹੀ ਜਿਵੇਂ ਮਤਲਬ ਮਾਸੀ ਤੇ ਬੈਠੇ ਆ ਉੱਥੇ ਇੱਥੇ ਹੁਣ ਚਾਰ ਸਵੇਰੇ ਬਹਿਣਾ ਹੀ ਆਪਣਾ ਆਪਣੇ ਆਪੇ ਮਾਰੇ ਦਾ ਨੰਗੀ ਪੈਰੀ ਫਿਰ ਇੱਥੇ ਆਈ ਆਪੇ ਹੀ ਉਹ ਇੱਥੇ ਆਇਆ ਇੱਥੇ ਆਣ ਕੇ ਇਹਨੂੰ ਆਖਣ ਲੱਗਾ ਤੂੰ ਮੁਸਲਮਾਨਾਂ ਨੂੰ ਮਾਰ ਉਹ ਪੁਰਾਣੇ ਜਲਾਹ ਸਾਨੂੰ ਦੱਸ ਦੇ ਸਾਰੇ ਜੈਲਦਾਰ ਨੂੰ ਤੂੰ ਇਹਨਾਂ ਨੂੰ ਮਾਰਦਾ ਕਿਉਂ ਨਹੀਂ ਹੈ ਉਹਨੇ ਕਿਹਾ ਤੂੰ ਗਾਂਹ ਨਿਕਲਦਾ ਹੋ ਮੈਂ ਨਹੀਂ ਮਾਰਨੇ ਹੈ ਆਪ ਦੇ ਤੁਰ ਗਿਆ ਗਾ ਦੂਜੇ ਦਿਨ ਫਿਰ ਇਹ ਉੱਠੇ ਨੇ ਫਿਰ ਢੋਲ ਵੱਜਾ ਤੇ ਫਿਰ ਉੱਠੇ ਇਹ ਮਗਰੋਂ ਉੱਠੇ ਨੇ ਇਹਨਾਂ ਕਲਰਾਂ ਦੇ ਵਿੱਚ ਤੰਬੂ ਲੱਗੇ ਸਨ ਜਿਵੇਂ ਹੁਣ ਲਾਉਂਦੇ ਨੇ ਅੱਜ ਕੱਲ੍ਹ ਕਣੀਆਂ ਪੈਂਦੀਆਂ ਕੈਂਪ ਲੱਗਾ ਇੱਥੇ ਚਾਰ ਚੁਫੇਰੇ ਦੁਨੀਆਂ ਦਾ ਮਾਣ ਆਣਗੇ ਤੁਹਾਡੇ ਪਿੰਡ ਨੇ ਇੱਧਰ ਜੰਡਿਆਲਾ ਹਾਂ ਤੇ ਦੂਸਰੇ ਜਿਹੜੇ ਪਿੰਡ ਨੇ ਇਹਨਾਂ ਵਿੱਚ ਕੋਈ ਨਹੀਂ ਹਮਲੇ ਹੋਏ ਨਹੀਂ ਕਿਤੇ ਵੀ ਨਹੀਂ ਇੱਥੇ ਹਮਲਾ ਹੋਇਆ ਬਾਬਾ ਸ਼ਾਹ ਸ਼ਮੀਰ ਦਾ ਬਾਈ ਜਾਂ ਇਸ ਉੱਥੇ ਵੇਖਿਆ ਤੇਰੇ ਅਡੇਰ ਮਸੱਦੇ ਦੇ ਉਰਲੇ ਬੰਨ ਚੁੱਪ ਜਾ ਤੇ ਕੱਲ੍ਹ ਪਿਆ ਜੰਮਦਾ ਅੰਮ੍ਰਿਤਸਰ ਦੇ ਉਰਲੇ ਬੰਨੇ ਮਸਾਦੀਆਂ ਹੁੰਦੀਆਂ ਹਨ ਕਿ ਨਹੀਂ ਨਾਲ ਹੀ ਮਸੀਨ ਦੇ ਪਰਲੀ ਲਾਮੇ ਇੱਥੇ ਮੇਲਾ ਬੜਾ ਤਗੜਾ ਮੈਂ ਵੇਖਿਆ ਮੈਂ ਸਿੱਖ ਹੀ ਰਹਿੰਦੇ ਸਨ ਅਤੇ ਵਿੱਚ ਉਹਨਾਂ ਗੁਰੂਠ ਦਾ ਆਪਣਾ ਰੱਖਿਆ ਹੋਣਾ ਉੱਥੇ ਝਾੜੀ ਜੀ ਪਿਆ ਨਹੀਂ ਮੈਂ ਆਪਣੀ ਅੱਖੀ ਵੇਖਿਆ ਚਾਰ ਸਵੇਰੇ ਦੂ ਦੂ ਕਿੱਲਿਆਂ ਦੇ ਵਿੱਚ ਬੰਦਾ ਅਤੇ ਜਨਾਨੀਆਂ ਬੈਠੀਆਂ ਨੇ ਉਹਦੇ ਕੋਲ ਉਹਨਾਂ ਭਾਈ ਕਹਿੰਦੇ ਸਨ ਉਹਨਾਂ ਬੀਬੀ ਤੇ ਬੇਚ ਦਿੰਦੀ ਆ ਮਾਈ ਨਹੀਂ ਲੈਣ ਦਿੰਦੀ ਤੇ ਮਗਰੋਂ ਇਸ ਨਾਲ ਕਚਹਿਰੇ ਜੋਗਾ ਗੱਜ ਕੱਪੜਾ ਗਾਣੇ ਗਾਉਂਦੇ ਹੁੰਦੇ ਸੀ ਜਦੋਂ ਬੱਕਰੀਆਂ ਮੱਝਾਂ ਚਾਰਦੇ ਸੀ ਉਹ ਜਿਹੜੇ ਕਹਿੰਦੇ ਹੁੰਦੇ ਨੇ ਬੋਲ ਗਾਣੇ ਗੁਣੇ ਆਉਂਦੇ ਹੁੰਦੇ ਸੀ ਤੁਹਾਨੂੰ ਵੀ ਉਹ ਮੁੰਡੇ ਫਿਰ ਉਦੋਂ ਆਵੇ ਟੋਟੀਆਂ ਰੇਜ ਨਹੀਂ ਮੈਂ ਨੀ ਏਡਾ ਗਵਾਈਆ ਬਣਿਆ ਆਹੋ ਕੋਈ ਵੀ ਨਹੀਂ ਇਹਦਾ ਚਾਚਾ ਦਾ ਇੱਕ ਗਵਾਈਆ ਉਹ ਵਿਚਾਰਾ ਮਰ ਗਿਆ ਨੀ ਦਿਨ ਉਹਦੇ ਮੱਥੇ ਲਾਉਂਦੇ ਵੈਸੇ ਇਕੱਠੇ ਰਹਿੰਦੇ ਸੀ ਉਦੋਂ ਹਿੰਦੁਸਤਾਨ ਦੇ ਵਿੱਚ ਜਦੋਂ ਪਾਕਿਸਤਾਨ ਹਿੰਦੁਸਤਾਨ ਇਕੱਠਾ ਸੀ ਤੁਹਾਡਾ ਮੇਲ ਜੋਲ ਕਿਵੇਂ ਦਾ ਸੀ ਸਿੱਖਾਂ ਨਾਲ ਸਹੀ ਸਾਨੂੰ ਯਾਰ ਆਪਣੇ ਇਹਨਾਂ ਮੁਸਲਮਾਨਾਂ ਨਾਲੋਂ ਨਾ ਭਾਵੇਂ ਤੂੰ ਗੁੱਸਾ ਹੀ ਕਰੇ ਉਹ ਸ਼ਰਮਯਾਲ ਸਨ ਤੂੰ ਮੇਰੀ ਮੈਂ ਮਾੜਾ ਨਾ ਤੇ ਮੈਨੂੰ ਕੋਈ ਕਿਸੇ ਤੰਗ ਕੀਤਾ ਤੇ ਉਹਨੇ ਆਖਣਾ ਖਲੋ ਜਾ ਬੰਦਾ ਬਣ ਜਾ ਜੋ ਚਲੋ ਜੇ ਮੇਰੇ ਕੋਲ ਜ਼ਮੀਨ ਕਿਸੇ ਦੀ ਬਾਣੀ ਤੂੰ ਆਖਣਾ ਮੇਰੀ ਬਾਲਾ ਹੈਂ ਹਾਂ ਉਦੋਂ ਕਦਰ ਇੰਨਾ ਕੋਈ ਸੀ ਅਸੀਂ ਭੋਏ ਹੀ ਬੰਨਦੇ ਸਾਂ ਸਾਡੀ ਆਪਣੀ ਦੇਸ਼ ਹੀ ਕੋਈ ਨਾ ਵਿਆਹ ਸ਼ਾਦੀਆਂ ਵੇਖੀਆਂ ਉਹ ਜ਼ਮਾਨੇ 'ਚ ਵਿਆਹ ਸ਼ਾਦੀਆਂ ਦੂਰੋਂ ਦੂਰੋਂ ਹੀ ਵੇਖੀਆਂ ਨੇ ਲਾਗੇ ਜਾ ਕੇ ਹਿੰਦੂਆਂ ਦੀ ਜਦੋਂ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਗਏ ਹੋ ਜਾਂ ਸਿੱਖਾਂ ਦੇ ਕਿਸੇ ਦੇ ਵਿਆਹ 'ਚ ਗਏ ਹੋ ਆਪਣੇ ਦੇ ਕੀ ਉਹ ਮਾੜੀਆਂ ਸਨ ਸ਼ਾਦੀਆਂ ਉਦੋਂ ਕਿ ਹੁਣ ਮੁਰਗੀਆਂ ਨਹੀਂ ਸੀ ਐਵੇਂ ਝੂਠ ਜਿਹੜਾ ਮਾਰਨਾ ਇੱਕ ਵੇਖਿਆ ਗਧਾ ਵਾਲੇ ਉਦੋਂ ਅਸੀਂ ਗਧਾ ਵਾਲੇ ਹੁੰਦੇ ਸਾਂ ਅੱਛਾ ਉੱਥੇ ਵੀ ਰਹੇ ਤੁਸੀਂ ਆ ਰਹੇ ਹਾਂ ਉੱਥੇ ਕਿੰਨੀ ਦੇਰ ਰਹੇ ਹੋ ਉੱਥੇ ਰਹੇ ਦੋ ਸਾਲ ਪਹਿਲੋਂ ਉੱਥੇ ਕਿਹੜੇ ਸਿੱਖ ਰਹਿੰਦੇ ਸਨ ਉਹ ਵੀ ਤੁਹਾਨੂੰ ਪਤਾ ਹੋਣਾ ਉੱਥੇ ਸੀ ਸਿੱਖ ਉਹਦੇ ਨਾਂ ਸੀ ਕੁੜੀ ਬਹਾਦਰ ਸਿੰਘ ਉਹਦੇ 35-36 ਮੁਰੱਬੇ ਨੇ ਲਾਰੀ ਵੇਖੀ ਲਾਰੀ ਪਹਿਲੀ ਵਾਰ ਲਾਰੀ ਉਦੋਂ ਵੇਖੀ ਲਾਰੀ ਲਾਰੀ ਜਾਈ ਕੋਈ ਕਾਰ ਵੀ ਹੋਏ ਜੀ ਕਾਰ ਨਹੀਂ ਵੇਖੀ ਲਾਰੀ ਬਿਆ ਬਹਾਦਰ ਸਿੰਘ ਦੀ ਕੁੜੀ ਦਾ ਬਿਆ ਜੰਜ ਆਈ ਅਨੋਖਾ ਕੰਮ ਉਦੋਂ ਵੇਖਿਆ ਲਾਰੀ ਵੇਖੀ ਹੈ ਅੱਛਾ ਤੁਸੀਂ ਉਦੋਂ ਗਧਾ ਵਾਲੇ ਦੇ ਵਾਸੀ ਹੋ ਪਹਿਲੇ ਨਹੀਂ ਜੀ ਅਸੀਂ ਪਰਿਓਂ ਆਏ ਹਾਂ ਆਏ ਹਿੰਦੁਸਤਾਨ 'ਚ ਮਜਲੋਂ ਮਜਲੀ ਜਗ੍ਹਾ ਤੁਰੇ ਆਏ ਹਾਂ ਸਾਡੇ ਵੱਡੇ
ਪਹਿਲਾਂ ਹੀ ਹਿੰਦੁਸਤਾਨ ਪਾਕਿਸਤਾਨ ਬਣਨ ਤੋਂ ਪਹਿਲਾਂ ਪਹਿਲਾਂ ਦੀਆਂ ਗੱਲਾਂ ਨੇ ਪਹਿਲਾਂ ਦੀ ਗੱਲ ਉਦੋਂ ਇੱਕ ਹੀ ਹੁੰਦਾ ਸੀ ਨਾ ਅਸੀਂ ਇਹਨਾਂ ਨੂੰ ਵਸਿੰਦੇ ਹੀ ਸਾਧਨੇ ਆ ਅੱਛਾ ਕਿਉਂਕਿ ਇਹ ਪਾਕਿਸਤਾਨ ਬਣਨ ਤੋਂ ਪਹਿਲਾਂ ਦੇ ਆ ਲਾਰੀ ਉੱਥੇ ਵੇਖੀ ਤੁਸੀਂ ਆ ਪਿੰਡ ਦੇ ਵਿੱਚ ਘਰ ਰਹਿੰਦੇ ਸੀ ਤੁਸੀਂ ਕਿ ਸਾਈਡ ਤੇ ਰਹਿੰਦੇ ਨਹੀਂ ਡੇਰਿਆਂ ਤੇ ਡੇਰੇ ਤੇ ਖੜਕ ਸਿੰਘ ਸੀ ਖੜਕੂ ਇੱਥੋਂ ਦਾ ਹੈ ਉਹ ਕਿੱਕਲਾ ਦੇ ਕੋਲ ਕੀ ਪਿੰਡ ਹੈ ਉੱਥੋਂ ਦਾ ਸੀ ਉਹਦਾ ਮੁਰੱਬਾ ਪਹੁੰਚਦਾ ਸੀ ਬਾਂਦੇ ਦਾ ਨਸ਼ੌਰੇ ਦਾ ਕਿੱਕਰ ਕਿੱਕਰਾਂ ਵਾਲਾ ਡੇ ਪਿੰਡ ਹੈ ਨਾਲ ਡੋਗਰਾਂ ਵਾ ਡੋਗਰਾਂ ਵਾਲੇ ਦਾ ਸਹੀ ਉਹ ਉਹਦਾ ਉੱਥੋਂ ਦਾ ਪਹੁੰਚ ਸੀ ਇੱਥੇ ਸੀ ਗਦਾਂ ਵਾਲੇ ਉਹਦੀ ਪਹੁੰਚਿਆ ਸੀ ਬਾਂਦੇ ਰਹੇ ਉਹਦੀ ਡੇਰੇ ਤੇ ਰਹਿੰਦੇ ਸੀ ਚੰਗਾ ਤਗੜਾ ਪਿੰਡ ਸੀ ਉਦੋਂ ਗਦਾਂ ਵਾਲਾ ਕਿ ਛੋਟਾ ਸੀ ਇਹ ਪੂਰਾ ਜੇ ਸੀ ਉਦੋਂ ਤੁਹਾਡੇ ਇਸ ਪਿੰਡ ਨਾਲੋਂ ਵੱਡਾ ਸੀ ਕਿ ਛੋਟਾ ਸੀ ਨਹੀਂ ਇਹਨੂੰ ਛੋਟਾ ਸੀ ਇਹ ਉਦੋਂ ਵੀ ਵੱਡਾ ਸੀ ਤੇ ਉਹਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿਹੜਾ ਸਿੱਖ ਸੀ ਬਹਾਦਰ ਸਿੰਘ ਬਹਾਦਰ ਸਿੰਘ ਉਹਦਾ ਦੂਸਰਾ ਬਾਬਾ ਘਰ ਬਾਰ ਸੀ ਮਕਾਨ ਉਹਦੇ ਚੰਗੇ ਸਨ ਪੱਕੇ ਮਕਾਨ ਵੇਖੇ ਨੇ ਹੋਰ ਮੈਂ ਵੈਸੇ ਉਹਨੂੰ ਵੀ ਨਹੀਂ ਜਾਣਦਾ ਸ਼ਕਲੋਂ ਨੀ ਵੇਖਿਆ ਵੇਖਿਆ ਹੋਇਆ ਮੈਨੂੰ ਪਤਾ ਹੀ ਨਹੀਂ ਹੈਂ ਸੁਣੀਏ ਗੱਲਾਂ ਤੇਰੇ ਮੇਰੇ ਕੋਲ ਸਿਆਣੇ ਬੰਦਾ ਬਹਾਦਰ ਸਿੰਘ ਦੀ ਕੁੜੀ ਦਾ ਵਿਆਹ ਬਈ ਇਹ ਲਾਰੀ ਵੇਖੀ ਗਏ ਆ ਅਸੀਂ ਭੱਜੇ ਮੇਰੇ ਮੁੰਡੇ ਪੰਜ ਸੱਤ ਸਾਲ ਉਹਦੇ ਵੇਖ ਕੇ ਫਿਰ ਪੀਜਣ ਭੱਜ ਜਾਵੇ ਉਹ ਲਾਰੀ ਦੇ ਚਾਰ ਸਵੇਰੇ ਫਿਰ ਫੁਰ ਕੇ ਆ ਗਏ ਆਹ ਮੈਂ ਉਦੋਂ ਹੀ ਵੇਖੀ ਆ ਬੜੀ ਗੱਲ ਤੇ ਹੋਰ ਕੋਈ ਤੁਹਾਨੂੰ ਯਾਦ ਹੈ ਇੱਥੋਂ ਦੀਆਂ ਕੋਈ ਲੜਾਈ ਝਗੜਾ ਸਿੱਖਾਂ ਦਾ ਆਪਸ 'ਚ ਹੋਇਆ ਹੋਵੇ ਜਾਂ ਮੁਸਲਮਾਨਾਂ ਨਾਲ ਹੋਇਆ ਹੋਵੇ ਉੱਥੇ ਲੜਾਈ ਦਾ ਝਗੜਾ ਵੇਖਿਆ ਇੱਕ ਗਦਾ ਵਾਲੇ ਕਿਹਦੇ ਨਾਲ ਉਹ ਮੁਸਲਮਾਨਾਂ ਦਾ ਸੀ ਆਪੋ 'ਚ ਉਹ ਵੀ ਸੁਣੀ ਆਪਸ ਆਪੋ ਮੁਸਲਮਾਨਾਂ ਦਾ ਕਿਵੇਂ ਰਾਈਆਂ ਦਾ ਤੇ ਸੱਗਲਾਂ ਦਾ ਉਹ ਕਿੱਦਾਂ ਹੋਇਆ ਇਹ ਉਹ ਹੋਇਆ ਸੀ ਪਾਣੀ ਸੀ ਸਾਡਾ ਤਿੰਨ ਘੰਟੇ ਪਾਣੀ ਤਿੰਨ ਘੰਟੇ ਸੀ ਸਾਡੇ ਕੋਲ ਰਾਈ ਜਿਹੜੇ ਸਨ ਉਹ ਸਾਡੇ ਬੁੱਢੇ ਦੇ ਮੇਰੇ ਤੋਂ ਵੱਡਾ ਸੀ ਉਹਦੇ ਸਨ ਬੇਲੀ ਉਹਨਾਂ ਆਖਿਆ ਪਾਣੀ ਸਾਨੂੰ ਕੱਚੇ ਦੇ ਦਿਨ ਸਨ ਬੋਲ ਪੇ ਤੋਲਦੇ ਸਨ ਉਦੋਂ ਝੂੜਕਾਣੇ ਜਾਂਦੀ ਹੁੰਦੀ ਸੀ ਮੂੰਜੀ ਅਤੇ ਜਾਂਦੀ ਹੁੰਦੀ ਸੀ ਊਟਾਂ ਦੇ ਕੋਤਾ ਕੋਈ ਨਹੀਂ ਸੀ ਲੱਭਦਾ ਊਟਾਂ 'ਤੇ ਜਾਂਦੇ ਸੀ ਲਿਜਾਂਦੇ ਸਨ ਸਾਡਾ ਵੀ ਬੋਲ ਬੈਠਾ ਉਹ ਵੀ ਤੋਲਣ ਪਏ ਮੈਂ ਉੱਥੇ ਡੰਗਰ ਪਿਆ ਚਾਰਨਾ ਉਹਦਾ ਭਰਾ ਅਜੇ ਉਹ ਜਿਉਂਦਾ ਹੈ ਉਹਦੇ ਨਾਮ ਵੀ ਜੀ ਜੇ ਉਹ ਵੀ ਉੱਥੇ ਅਜੇ ਗਦਾਣੇ ਰਹਿੰਦੇ ਨੇ ਉਹ ਮੇਰਾ ਬਾਬਾ ਬੇਲੀ ਬੁੱਢਾ ਹੋਇਆ ਮੇਰੇ ਉਹ ਡੰਗਰ ਅਸੀਂ ਦੋਵੇਂ ਪਿਆ ਚਾਰਨੇ ਹਾਂ ਇਹਨਾਂ ਸੱਗਲ ਸਨ ਸੱਤ ਭਰਾ ਅੱਠਵਾਂ ਉਹਨਾਂ ਦਾ ਸੀ ਪਤਰੀਆ ਅਤੇ ਜਵਾਨ ਬੜੇ ਬੜੇ ਮੇਰੇ ਨਾਲ ਵੀ ਇੰਨੇ ਇੰਨੇ ਉੱਚੇ ਅਤੇ ਸ਼ਾਹ ਕਾਲੇ ਚਾਰ ਹਾਲ ਉਹਨਾਂ ਦੇ ਹੁੰਦੇ ਸਨ ਅਤੇ ਮਗਰ ਅੰਜ ਹੀ ਹੋਣਾ ਜਿਵੇਂ ਇਹਨਾਂ ਸੱਡੇ ਹੀ ਵਗਦੇ ਨੇ ਪਏ ਉਹ ਵੀ ਕਾਲੇ ਅਤੇ ਸੱਡੇ ਵੀ ਕਾਲੇ ਮੁਸਲਮਾਨ ਸਨ ਸੱਗਲ ਕੌਮ ਦੇ ਸੱਗਲ ਸਨ ਬੜੇ ਬੜੇ ਜਵਾਨ ਧੀਆ ਹੈ ਜਿਵੇਂ ਬਾਰੂ ਬਰਡ ਸੀ ਉੱਚੀਆਂ ਲੰਮੇ ਦੇ ਉਹ ਲੜਾਈ ਹੋਈ ਉਹਨਾਂ ਪਾਣੀ ਸਾਨੂੰ ਕੋਈ ਨਹੀਂ ਪੁੱਛਿਆ ਉਹਨਾਂ ਪਾਣੀ ਧੱਕੇ ਨਾਲ ਬੰਨ ਲਿਆ ਅਸਾਂ ਤਾਂ ਲਾਣਾ ਹੀ ਕੋਈ ਨਹੀਂ ਸੀ ਅਸਾਂ ਦਿੱਤਾ ਸੀ ਰਾਈਆਂ ਨੂੰ ਸਾਨੂੰ ਲੋੜ ਕੋਈ ਨਹੀਂ ਸੀ ਉਹਨਾਂ ਪਾਣੀ ਬੰਨ ਲਿਆ ਜਾਤੂ ਜਾਤੂ ਉਹਦੇ ਨਾਂ ਉਹਨੇ ਪਾਣੀ ਬੰਨ ਲਿਆ ਦੂਜੇ ਬੰਦੇ ਉਹਨਾਂ ਕਮਾਦ 'ਚ ਵਾੜ ਕੇ ਬਾਏ ਸਾਰੇ ਹੈਂ ਉਹ ਮੁੰਡਾ ਇੱਕ ਉਹਨਾਂ ਦਾ ਰਾਈਆਂ ਦਾ ਚੰਗਾ ਗੱਭਰੂ ਸੀ ਕਰਮਦੀਨ ਉਹਦੇ ਨਾਂ ਉਹ ਉੱਥੋਂ ਆਇਆ ਤੂੰ ਆਉਂਦਾ ਪਾਣੀ ਜੇ ਮੈਂ ਕਮਾਉਣ ਪੁੱਛਿਆ ਹੈਂ ਅਤੇ ਤੂੰ ਪਾਣੀ ਜਾਤੂ ਕੁਆਲੀ ਲਾਇਆ ਉਹਨੇ ਕਿਹਾ ਮੈਂ ਪੁੱਛਿਆ ਮੈਂ ਉਦੋਂ ਕੋਲ ਸਾਹਿਬ ਨਾਲ ਦੇਖਾ ਲਾ ਹੁਣ ਮੈਨੂੰ ਕੀ ਪਤਾ ਕਿਸੇ ਨੇ ਪੁੱਛਿਆ ਜਾਂ ਨਹੀਂ ਪੁੱਛਿਆ ਹੈਂ ਲੈ ਜੀ ਉਹ ਮਾਰ ਕੇ ਧੜਕ ਮੁੰਡਾ ਗੱਭਰੂ ਤੇਰੇ ਨੂੰ ਵਿੱਚ ਵੜ ਕੇ ਉਹਨੇ ਮਾਰਿਆ ਟੱਪਾ ਪਾਣੀ ਵੱਢ ਲਿਆ ਉਹਦੇ ਕੋਲ ਸੀ ਖੂਨ ਉਹਨੇ ਖੂਨ ਮੰਗਾਇਆ ਉਹਨੂੰ ਉਹ ਮੱਟੀ ਵਿੱਚ ਭੱਜ ਗਈ ਉਹਦੇ ਸਿਰ ਦੇ ਉਹ ਨਿਕਲ ਗਿਆ ਖੂਨ ਖਾ ਕੇ ਨਾ ਛਾਲ ਮਾਰ ਕੇ ਖਾ ਬਾਹਰ ਨਿਕਲਿਆ ਖਾ ਡੂੰਘਾ ਬੜਾ ਸੀ ਕੁੜੀ ਵਾਲਿਆਂ ਦਾ ਲੈ ਵੀ ਉਹ ਬਾਹਰ ਨਿਕਲ ਗਿਆ ਅਤੇ ਉਹਨੇ ਲਾਵਾ ਲਾਵਾ ਕੀਤੀ ਉਹਦਾ ਚਾਚਾ ਅਤੇ ਉਹਦਾ ਪਿਓ ਅਤੇ ਉਹਦਾ ਵੱਡਾ ਭਰਾ ਉਹ ਚਿੱਤਰੇ ਉਹ ਆ ਗਏ ਬੁੱਢਿਆਂ ਦੇ ਹੱਥ 'ਚ ਆ ਗਈਆਂ ਕਈਆਂ ਅਤੇ ਉਹ ਜਿਹੜਾ ਉਹਦਾ ਵੱਡਾ ਭਰਾ ਸੀ ਉਹਦੇ ਹੱਥ 'ਚ ਛੋਟਾ ਲੈ ਵੀ ਇਹ ਫਿਰ ਜੁੱਟ ਨਹੀਂ ਪਏ ਉਧਰੋਂ ਆ ਗਏ ਇਹਦੋਂ ਕਮਾਦੋਂ ਵੀ ਨਿਕਲਿਆ ਉਦੋਂ ਸਾਨੂੰ ਵੀ ਪਤਾ ਲੱਗਿਆ ਜਦੋਂ ਕਮਾਦੋਂ 10-12 ਬੰਦੇ ਨਿਕਲੇ ਸੱਗਲਾਂ ਦੇ ਸੱਗਲਾਂ ਦੇ ਨਿਕਲੇ ਉਹ ਫਿਰ ਬੁੱਢਿਆਂ ਨੂੰ ਛੋਟੇ ਛੋਟੇ ਮਾਰਦੇ ਰਹੇ ਅਤੇ ਉਹ ਕਈਆਂ ਦੇ ਚੱਲਦੇ ਰਹੇ ਮਰਿਆ ਤਾਂ ਨਹੀਂ ਕੋਈ ਬੰਦਾ ਨਹੀਂ ਮਰਿਆ ਨਹੀਂ ਸੀ ਉਹ ਜਿਵੇਂ ਮਾਰਦੇ ਮੂਰਦੇ ਬੁੱਢੇ ਅੰਜ ਕਰ ਅੰਜ ਵਿਹਨੇ ਬੜੇ ਹੈਂ ਕਈਆਂ ਨਾਲ ਹੀ ਛੋਟਾ ਉਹਨਾਂ ਆਪਣੇ ਲਿਆਉਣ ਨਹੀਂ ਦਿੱਤਾ ਅਤੇ ਇਹ ਮੁੜ ਕੇ ਨਾ ਜਿਹੜਾ ਸੀ ਨਾ ਇਹਨਾਂ ਦੀ ਇੱਕ ਰਾਈਆਂ ਦੀ ਜਿਹੜੀ ਵੱਡੀ ਭਰਜਾਈ ਸੀ ਨਾ ਉਹ ਅਸੀਂ ਛਿਲੇ 'ਚ ਉਹਦੇ ਕੁੜੀ ਹੋਈ
ਉਹਨੂੰ ਪਤਾ ਲੱਗਾ ਉਹ ਭੱਜੀ ਨਾਲ ਸੀ ਡੇਰਾ ਦੂ ਕੋ ਕਿਲਿਆਂ ਦਾ ਉਹ ਉਦੋਂ 6 ਮਹੀਨੇ ਬਿਨ ਅਗਵਾਓ ਬੰਨ੍ਹ ਦਿੰਦਾ ਸੀ ਗੌਰਮੈਂਟ ਜਿਹਦੇ ਕੋਲੋਂ ਬਲਮ ਨਿਕਲੇ ਬਲਮ ਛੋਟੇ ਦੇ ਅੱਗੇ ਪਿਛਾੜ ਜਾ ਉਹ ਆਂਦਾ ਮੈਨੂੰ ਫੜਾ ਸੋਟਾ ਆਂਦਾ ਨਹੀਂ ਤੇ ਮੈਂ ਹੀ ਮੈਨੂੰ ਜਨਾਨੀ ਨੇ ਕਿਹਾ ਨਹੀਂ ਮੈਂ ਆ ਮਾਰਨੀ ਆ ਉਹਨੇ ਕਿਹਾ ਨਹੀਂ ਉਹਨੇ ਧੱਕਿਆ ਨਾ ਭਰਜਾਈ ਦੇ ਖੋਹਿਆ ਸੋਟਾ ਜਾਂਦਿਆਂ ਫਿਰ ਜਿਹਨੇ ਉਹਨੂੰ ਖੂਨ ਮਾਰਿਆ ਸੀ ਨਾ ਜਾਤੂ ਉਹਦੇ ਨਾਂ ਸੀ ਉਹਨੂੰ ਨੇ ਮਾਰਿਆ ਇੱਥੇ ਬੱਖੀ ਚ ਨੰਗੀ ਪਾੜ ਕੇ ਲੈ ਗਏ ਆਂਦਰਾਂ ਬਾਹਰ ਆ ਗਈਆਂ ਸਗਲ ਦੀਆਂ ਆਂਦਰਾਂ ਬਾਹਰ ਆ ਗਈਆਂ ਦੂਜਾ ਇੱਕ ਉਹ ਤੋਂ ਵੱਡਾ ਸੀ ਅਲੀ ਉਹਦੇ ਨਾਂ ਸੀ ਉਹਨੂੰ ਉਹਨੇ ਮਾਰਿਆ ਨਲਾਂ 'ਚ ਵੱਜੀ ਹੈਂ ਉਹ ਵੀ ਡਿੱਗ ਪਿਆ ਅਤੇ ਉਹ ਵੀ ਜਿਹੜਾ ਉਹਨਾਂ ਦਾ ਚੌਧਰੀ ਸੀ ਰਾਜਾ ਉਹਦੇ ਨਾਂ ਸੀ ਉਹ ਅਸਗਲਾਂ ਦਾ ਉਹ ਚੌਧਰੀ ਸੀ ਉਹ 'ਚ ਗੱਲ ਨਹੀਂ ਗੱਲ ਪਾਉਂਦਾ ਹੁੰਦਾ ਫਿਰ ਉਹਦੀ ਚੱਪੜ ਕੀ ਮਾਰੀ ਫਿਰ ਉਹਨੇ ਟਾਹ ਮਾਰੀ ਮੈਂ ਭੈਣ ਮਰਾ ਹਾਂ ਡਿੱਗ ਪਏ ਦੋਵੇਂ ਭਰਾ ਫਿਰ ਸਾਡਾ ਅਸੀਂ ਉਥੋਂ ਇਸ ਕੰਮ ਤੋਂ ਚੱਲੇ ਅਸੀਂ ਉੱਠ ਕੇ ਤਿਕੜੀਆਲ ਆਏ ਸਾਂ ਛੱਡ ਆਏ ਸਾਂ ਸਾਡਾ ਬੁੱਢਾ ਗਵਾਈਆਂ ਨਹੀਂ ਸੀ ਬਹਿੰਦਾ ਉਹ ਆਉਂਦੇ ਸਨ ਬਹਿ ਜਾਓ ਪੈਸੇ ਵੀ ਦਿੰਦੇ ਸਨ ਉਹਨੇ ਕਿਹਾ ਮੈਂ ਗਵਾਈਆਂ ਨਹੀਂ ਬਹਿਣਾ ਜੇ ਅਸੀਂ ਗਵਾਈਆਂ ਬਾਜਦੇ ਰਾਈਆਂ ਦੇ ਤੁੰਬੇ ਉੱਡ ਜਾਂਦੇ ਸਨ ਤੇ ਫਿਰ ਵੀ ਉਹ 6-6 ਮਹੀਨੇ ਬੱਜ ਗਏ ਸਨ ਰਾਈ ਅਸੀਂ ਫਿਰ ਉਹ ਭੋਏ ਸਾਨੂੰ ਸਿੱਖ ਵੀ ਨਹੀਂ ਸਨ ਦਿੰਦੇ ਉਹ ਆਉਂਦੇ ਤੁਸੀਂ ਬਹਿ ਜਾਓ ਭੈਣ ਹੀ ਆਵਾ ਅਸੀਂ ਇੱਥੇ ਆਉਣ ਖੱਤਰੀਆਂ ਦੀ ਭੋਏ ਬਾਈ ਆ ਨੇਕੇ ਵਾਲੇ ਡੇਰੇ 'ਤੇ ਸਿੱਖਾਂ 'ਚ ਬਾਅਦ 'ਚ ਲਈ ਨਾ ਈਸਰੇ ਤੋਂ ਪਹਿਲਾਂ ਉੱਥੇ ਆਏ ਹਾਂ ਹੈਗੀ ਆ ਸਮਝ ਇੱਥੋਂ ਆਉਣ ਗਏ ਤੇ ਫਿਰ ਇੱਥੇ ਉਹ ਅਸੀਂ ਬੈਠੇ ਤੇ ਇੱਥੋਂ ਜਾ ਕੇ ਵੀ ਸਾਡਾ ਬੁੱਢਾ ਤਰੀਕਾ ਭੁਗਤਦਾ ਰਿਹਾ ਅਗਵਾਈ ਜਿਹੜੀ ਇਹ ਭੈੜੀ ਹੁੰਦੀ ਹੈ ਸਿੱਖਾਂ ਦੇ ਹੁੰਦਿਆਂ ਵੀ ਮੈਨੂੰ ਨੀ ਪਤਾ ਕਬੱਡੀ ਦੇ ਇੱਥੇ ਹੋਈ ਹੋਵੇ ਮੈਂ ਜੇ ਝੂਠ ਕਿਉਂ ਮਾਰਨਾ ਮੈਨੂੰ ਨੀ ਪਤਾ ਚੰਗੇ ਲੱਗਦੇ ਤਕੜੇ ਮੇਲੇ ਲੱਗਦੇ ਸਾਨੂੰ ਕਬੱਡੀ ਕਬੁੱਡੀ ਹੁੰਦੇ ਭਗਵਾਨ ਵੀ ਨਿਕਲਿਆ ਤੁਹਾਡੇ ਪਿੰਡੋਂ ਕਿ ਨਹੀਂ ਕਦੀ ਜਦੋਂ ਇੱਥੇ ਜੰਗੀਰੂ ਸਿੱਖ ਸੀ ਔਠੀਆਂ ਦੇ ਡੇਰੇ ਵਾਲਾ ਇਹ ਚੰਗਾ ਭਲਵਾਨ ਸੀ ਮੰਗਲ ਸਿੰਘ ਦਾ ਡੇਰਾ ਸੀ ਅੱਜ ਨੂੰ ਬੂਮੀਆਂ ਦਾ ਡੇਰਾ ਆਉਂਦੇ ਸਨ ਅੱਜ ਤੇ ਘੁਮਿਆਰ ਨੇ ਨੇ ਆਪਣਾ ਮੁਨਸ਼ੀ ਕਰੇਸ਼ ਦਾ ਡੇਰਾ ਨਹੀਂ ਲਾਇਆ ਇਹ ਬੂੰਗੀਆਂ ਦਾ ਡੇਰਾ ਵੱਜਦਾ ਇਹ ਸਿੱਖਾਂ ਦਾ ਡੇਰਾ ਵੱਜਦਾ ਸੀ ਇੱਥੇ ਬੜੇ ਘਰ ਸਨ ਇੱਥੇ 5-7 ਬੇਲੀਆਂ ਸਨ ਇਹ ਸਿੱਖਾਂ ਦਾ ਡੇਰਾ ਵੱਜਦਾ ਇਹ ਮਸ਼ਹੂਰ ਸੀ ਬਹੁਤਾ ਡੇਰਾ ਇਹ ਪੱਕਾ ਇੱਥੇ 10-12 ਬੇਲੀਆਂ ਸਨ ਪੱਟੀ ਹਾਂ ਇੱਥੇ 10-12 ਬੇਲੀਆਂ ਇਹਨਾਂ ਦੇ ਨਾਂ ਦਾ ਯਾਰ ਮੇਰੇ ਇੱਕ ਤੇ ਸੀ ਕਿਰਪਾਲੇ ਹਰੀ ਕਿਰਪਾਲਾ ਅਮਰੂ ਹਰੂ ਹੈਂ ਉਹ ਨਿੱਕੇ ਨਿੱਕੇ ਮੇਰੇ ਵਰਗੇ ਸਨ ਇਹਨਾਂ ਦੇ ਦੋ ਭਰਾ ਉਹ ਮਾਂ ਮਾਤ ਪਿਓ ਮਾਤਰ ਸਨ ਮਾਂ ਇੱਕੋ 4 ਭਰਾ ਦੇ ਉਹ ਸਨ ਅਤੇ ਵੱਡੇ 2 ਕਿਰਪਾਲਾ ਅਤੇ ਅਮਰੂ ਤੁਹਾਡਾ ਵੀ ਕੋਈ ਯਾਰ ਬੇਲੀ ਮਿਲ ਕੇ ਗਿਆ ਤੁਹਾਨੂੰ ਬਸ ਉਹ ਹੀ ਮੁੰਡੇ ਮਿਲੇ ਨੇ ਆਖਰੀ ਵਾਰੀ ਦੀ ਮੁਲਾਕਾਤ ਦੱਸੋ ਕਿਵੇਂ ਹੋਈ ਕੋਈ ਮੁਲਾਕਾਤ ਨਹੀਂ ਬਾਅਦ ਮੇਰੇ ਜਿਹੜਾ ਬੇਲੀ ਮੈਨੂੰ ਮਿਲਿਆ ਹੀ ਨਹੀਂ ਮੈਂ ਝੂਠ ਪਿਆ ਹੁਣ ਮਾੜਾ ਹੈਂ ਉਹ ਜਿਉਂ ਮੇਰੇ ਕੋਲ ਡੰਗਰ ਲੈ ਗਿਆ ਨਾ ਮੁੜ ਕੇ ਨਹੀਂ ਮਿਲਿਆ ਦੂਜੇ ਵੱਡੇ ਆਏ ਨੇ ਉਹ ਆਪਣਾ ਡੰਗਰ 2 ਸੰਡੇ ਲੈ ਗਏ ਖੋਤੇ ਖਾਤੇ ਲੈ ਗਏ ਡੰਗਰ ਤੁਹਾਨੂੰ ਦੇ ਗਏ ਬਾਕੀ ਦੇ ਗਏ ਇਸ ਬੰਦੇ ਦੇ ਦਾਦੇ ਨੂੰ ਆਏ ਦੇ ਦਾਦੇ ਨੂੰ ਦੇ ਗਏ ਵੱਡੇ ਆਇਆ ਉਹਨੇ ਬੂਹਾ ਲਾਇਆ ਤੇ ਉਹਨੇ ਡੰਗਰ ਉਹਨਾਂ ਦੇ ਕੱਢ ਕੇ ਚਾਰਨ ਲੱਗ ਪਿਆ
ਬਾਅਦ ਉਹਦੇ ਕੋਈ ਵਿਚਾਰੇ ਘਰ ਬਾਰ ਵੀ ਫਿਰ ਜਿਹੜੀ ਕੋਠੀ ਸੀ ਉਸ ਤੋਂ ਬਾਅਦ ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ 47 ਤੋਂ ਬਾਅਦ ਇੱਥੇ ਕਿਹੜੇ ਕਿਹੜੇ ਲੋਕ ਆ ਕੇ ਆਬਾਦ ਹੋਏ ਇਸ ਪਿੰਡ ਝਬਰਾਂ ਦੇ ਵਿੱਚ ਇੱਥੇ ਬੜੇ ਘਰ ਆਬਾਦ ਹੋਏ ਨੇ ਪਹਿਲੋਂ ਕਿਹੜੇ ਕਿਹੜੇ ਕੌਮਾਂ ਦੇ ਸਾਰੇ ਜਿਹੜੇ ਕੰਮੀ ਲੋਕ ਸਨ ਉਹ ਬਣੇ ਸਨ ਜੱਟ ਉਹਨਾਂ ਨੂੰ ਲੁੱਟ ਮਾਰ ਖਾ ਕੇ ਅਗਰ ਨਿਕਲ ਗਏ ਮਗਰੋਂ ਮਾਲਕ ਆ ਗਏ ਅੱਛਾ ਜਿਹੜੇ ਇੱਥੋਂ ਦੇ ਸਾਨੂੰ ਚੁੱਲ ਗਏ ਇੱਥੋਂ ਇੱਥੋਂ ਜਿਹੜੇ ਆਏ ਨਾ ਪਹਿਲੋਂ ਹੁਣ ਮੈਂ ਜੋ ਇੱਥੇ ਆ ਗਿਆ ਪਹਿਲੋਂ ਤੇਰੇ ਕੋਲ ਮੈਂ ਸਾਲ ਰਹਿ ਗਿਆ 6 ਮਹੀਨੇ ਲੰਗਰ ਵੀ ਤੇਰੇ ਕੋਲ ਲਏ ਕਮੇਟੀਆਂ ਬਣੀਆਂ ਸਾਨਾ ਦਾਣੇ ਵੀ ਲਏ ਇਹ ਵੀ ਲਈ ਛਾਇਆ ਵੀ ਲਈ ਆਹੋ ਹਾਂ ਉਦੋਂ ਉਹ ਦੇ ਦਿੰਦੇ ਸਨ ਉਹ ਉਹਨੇ 6 ਮਹੀਨੇ ਲਾਣਾ ਕਰਦਾ ਕੋਈ ਨਾ ਖਾ ਪੀ ਕੇ ਡੰਗਰ ਲੈ ਕੇ ਗਾਹ ਜਾਣਾ ਇੱਥੇ ਹੁਣ ਰਾਜਪੂਤ ਨੇ ਬਹੁਤੇ ਹਾਂਜੀ ਮਾਲਕ ਹਾਂ ਮਾਲਕ ਬਹੁਤੇ ਰਾਜਪੂਤ ਨੇ ਉਹ ਬੰਨੇ ਨੇਪਾਲ ਨੇ ਉਹ ਵੀ ਰਾਜਪੂਤ ਹੀ ਨੇ ਦਿੱਲੀ ਦੇ ਕੋਲ ਰਿਆਸ ਕਪੂਰਥਲਾ ਉੱਥੋਂ ਦਾ ਉੱਧਰ ਗੁੱਜਰ ਵੀ ਨਾ ਉਹ ਬੰਨੇ ਬੜੇ ਨੇ ਗੁੱਜਰ ਜਾਣਦੇ ਹਾਂ ਪਠਾਨ ਵੀ ਇੱਥੇ ਆਏ ਨੇ ਉਹਨਾਂ ਦੀ ਭੋਏ ਬਾਬਾ ਕੋਠੀ ਕਾਠੀ ਪਠਾਣਾ ਕੋਲ ਹਾਂ ਸਿੱਖਾਂ ਦੀ ਗੱਲ ਪਿਆ ਕਰਦਾ ਉਹ ਸਿੱਖਾਂ ਦੀ ਗੱਲ ਪਿਆ ਕਰਦਾ ਹੁਣ ਤੇ ਮੈਨੂੰ ਪਤਾ ਹੈ ਨਾ ਹੁਣ ਗੁਰਦੁਆਰੇ ਹੈ ਨੇ ਇੱਥੇ ਕਿ ਖਤਮ ਹੋ ਗਏ ਨੇ ਖਤਮ ਹੋ ਗਏ ਨੇ ਹੁਣ ਤੇ ਘਰ ਜਿਹੜੇ ਪੁਰਾਣੇ ਸਿੱਖਾਂ ਦੇ ਹੈ ਕੋਈ ਆਹੋ ਘਰ ਦੇ ਬਜੇ ਹੈ ਐਂ ਟਾਵੇਂ ਟਾਵੇਂ ਨਹੀਂ ਉਹ ਜਿਹੜਾ ਕਹਿੰਦੇ ਸੀ ਤੁਹਾਡਾ ਇਥੋਂ ਦਾ ਉਹ ਵੱਡਾ ਸੀ ਬੰਦਾ ਜੈਲਦਾਰ ਜੈਲਦਾਰ ਹੁਣ ਉਧਰੋਂ ਜਾਏ ਤੇ ਕੋਠੀ ਵੱਲੋਂ ਜੈਲਦਾਰ ਦੇ ਘਰ ਕੋਲੇ ਮਕਾਨ ਜੇ ਘਾਟ ਹੋ ਜਿੱਤੇ ਤੇ ਮੈਂ ਨਹੀਂ ਜਾ ਕੇ ਵੇਖਿਆ ਮੈਂ ਝੂਠ ਮਾਰਾਂ ਉਹ ਲਾਂਦੇ ਬੰਨੇ ਹੋਈਏ ਨਾ ਜੋ ਗਲੀ ਜਾਂਦੀ ਜੈਲਦਾਰਾਂ ਵਾਲੀ ਗਲੀ ਪੁੱਛ ਲਈ ਦੱਸਣ ਦੇ ਬੰਦੇ ਉੱਥੇ ਹੁਣ ਪੁੱਛ ਲਈ ਵੀ ਮਕਾਨ ਕਿੱਥੇ ਜੈਲਦਾਰ ਦੇ ਕਿਹੜੇ ਨੇ ਜੈਲਦਾਰ ਦੇ ਬਾਬਾ ਮਰਬੇ ਸਨ ਇੱਥੇ ਆਹੋ ਜੈਲਦਾਰ ਹੀ ਭਾਵੇਂ ਬਾਬਾ ਠੀਕ ਹੋ ਗਿਆ ਠੀਕ ਹੈ ਬਜ਼ੁਰਗੋ ਬੜਾ ਅੱਛਾ ਲੱਗਿਆ ਤੁਹਾਡੀਆਂ ਪੁਰਾਣੀਆਂ ਗੱਲਾਂ ਪੁੱਛ ਆ ਬਾਈ ਜਿਹੜੀਆਂ ਗੱਲਾਂ ਦਾ ਮੈਂ ਨਾ ਅਣਜਾਣੇ ਸਾਂ ਹਾਂਜੀ ਤੇ ਪੜਿਆ ਲਿਖਿਆ ਬੰਦਾ ਹੋਵੇ ਉਹਨੂੰ ਹੋਰ ਗੱਲ ਸਾਨੂੰ ਉਹੀ ਚੇਤਾ ਹੀ ਭੁੱਲ ਜਾਂਦਾ ਨਾ ਪੜ ਬੰਦਾ ਹੋ ਗਿਆ ਹਾਂ ਤੇ ਕਈ ਅੱਜ ਦੀ ਗੱਲ ਮੇਰੇ ਹੁਣ ਮੇਰੇ ਪੁੱਤਰ ਅੱਗੋਂ ਬੁੱਢੇ ਹੋਏ ਨੇ ਮੈਨੂੰ ਬੁੱਢੇ ਜਾਪਦੇ ਨੇ ਮਾਸ਼ਾ ਤੁਹਾਡੀ ਫਿਰ ਵੀ ਸਿਹਤ ਬੜੀ ਅੱਛੀ ਹੈ